This program is sponsored by Ashoka, the original Indian paste. ਸਤਿ ਸ਼੍ਰੀ ਅਕਾਲ ਟੂ ਯੂਰ ਫੇਵਰੇਟ ਸ਼ੋ ਸਪੋਟਲਾਈਟ 'ਤੇ ਅੱਜ ਅਰਸ਼ਦੀਪ ਤੁਹਾਨੂੰ ਲੈ ਕੇ ਆਈ ਆ ਇੱਕ ਅਜਿਹੀ ਥਾਂ 'ਤੇ ਜਿਹੜੀ ਕਿ ਤੁਹਾਨੂੰ ਮੈਨੂੰ ਲੱਗਦਾ ਆ ਸਭ ਤੋਂ ਜ਼ਿਆਦਾ ਪਸੰਦ ਆਏਗੀ। ਕਿਉਂ? ਕਿਉਂਕਿ ਅਕਸਰ ਇਹੀ ਮੰਨਿਆ ਜਾਂਦਾ ਕਿ ਇੱਕ ਜੋ ਮਕਾਨ ਹੈ ਉਹਨੂੰ ਉਸ ਵਿੱਚ ਰਹਿਣ ਵਾਲੇ ਮੈਂਬਰ ਹੀ ਇੱਕ ਘਰ ਬਣਾਉਂਦੇ ਆ ਅਤੇ ਘਰ ਇੱਕ ਇਨਸਾਨ ਬੜੀਆਂ ਆਸਾਂ ਅਤੇ ਉਮੀਦਾਂ ਨਾਲ ਬਣਾਉਂਦਾ ਅਤੇ ਘਰ ਜਿਹੜਾ ਹੈਗਾ ਬਣਾਉਣ ਦੀ ਚਾਹਤ ਜਿਹੜੀ ਹੈ ਉਹ ਮਨੁੱਖ ਦੇ ਵਿੱਚ ਰਹਿੰਦੀ ਹੈ। ਪਰ ਘਰ ਵੀ ਉਦੋਂ ਹੀ ਸੋਹਣਾ ਲੱਗਦਾ ਜੇ ਉਹਦੇ ਵਿੱਚ ਫਰਨੀਚਰ ਸੋਹਣਾ ਜਿਹਾ ਪਿਆ ਹੋਵੇ ਜੀ। ਹਾਂ, ਅਤੇ ਫਿਰ ਉਹੀ ਤੁਹਾਡੀ ਡਿਮਾਂਡ ਨੂੰ ਪੂਰਾ ਕਰਨ ਵਾਸਤੇ ਅਸੀਂ ਆਏ ਹਾਂ ਡਾਇਰੈਕਟ ਫਰਨੀਚਰ ਦੇ ਉੱਤੇ, ਜਿੱਥੇ ਤੁਹਾਨੂੰ ਸੋਹਣੇ ਸੋਹਣੀਆਂ ਆਈਟਮਸ ਜਿਹੜੀਆਂ ਘਰ ਦੇ ਵਿੱਚ ਫਰਨੀਚਰ ਆਈਟਮਸ ਜਿਹੜੀਆਂ ਮਿਲ ਜਾਣਗੀਆਂ। ਅਤੇ ਪਹਿਲਾਂ ਆਪਾਂ ਚੱਲਦੇ ਹਾਂ ਅੰਦਰ ਅਤੇ ਦੇਖਦੇ ਹਾਂ ਕਿੱਦਾਂ ਦਾ ਸਮਾਨ ਪਿਆ ਇਹਨਾਂ ਕੋਲ। ਵਾਓ, ਵੈਰੀ ਨਾਈਸ, ਕਿੰਨਾ ਸੋਹਣਾ ਸ਼ੋਰੂਮ ਹੈਗਾ ਇਹਨਾਂ ਨੇ। ਵਧੀਆ, ਮੈਨੂੰ ਤਾਂ ਲੱਗਦਾ ਮੈਨੂੰ ਤਾਂ ਪਹਿਲਾਂ ਹੀ ਪਸੰਦ ਆ ਗਿਆ, ਪਰ ਬਹੁਤ ਸੋਹਣੀਆਂ ਸੋਹਣੀਆਂ ਅੱਗੇ ਵੀ ਆਈਟਮਸ ਆਓ, ਪਹਿਲਾਂ ਲੈ ਕੇ ਚੱਲਦੀਆਂ ਮੈਂ ਤੁਹਾਨੂੰ ਅੰਦਰ ਵੀ ਕੀ ਕੁਛ ਪਿਆ ਇਹਨਾਂ ਕੋਲ। ਕਮ ਵਿਦ ਮੀ। ਹਾਂਜੀ, ਅਤੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਡੈਕੋਰੇਸ਼ਨਸ ਕਿੰਨੀਆਂ ਸੋਹਣੀਆਂ ਕੀਤੀਆਂ। ਦੇਖੋ, ਬਲੂਨਸ ਲੱਗੇ ਹੋਏ ਆ, ਪਿੱਛੇ ਮੇਰੇ ਸੇਲ ਦਾ ਸਾਈਨ ਵੀ ਹੈਗਾ, ਮੇ ਬੀ ਕੋਈ ਸੇਲ ਵੀ ਚੱਲਦੀ ਹੋਵੇ ਇਹਨਾਂ ਦੀ। ਸੋ ਇਹਨਾਂ ਦੇ ਓਨਰ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ, ਇਹਨਾਂ ਦੇ ਕਸਟਮਰਸ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ, ਇਹਨਾਂ ਦੇ ਵਰਕਰਸ ਨਾਲ ਵੀ ਤੁਹਾਡੀ ਗੱਲ ਕਰਵਾਵਾਂਗੇ। ਅਤੇ ਤੁਸੀਂ ਬਣੇ ਰਹੋ ਇੱਦਾਂ ਹੀ ਮੇਰੇ ਨਾਲ, ਦੇਖਦੇ ਹਾਂ ਆਪਾਂ ਅੰਦਰ ਜਾ ਕੇ ਕੀ ਹੁੰਦਾ ਆ। ਹਾਂਜੀ, ਜਿਵੇਂ ਤੁਸੀਂ ਦੇਖਿਆ ਹੋਣਾ ਕਿ ਬਹੁਤ ਵਧੀਆ ਸਟੋਰ ਹੈਗਾ ਇਹਨਾਂ ਦਾ, ਬਹੁਤ ਵੱਡਾ ਸ਼ੋਰੂਮ ਆ। ਮੈਂ ਦੇਖੀਆਂ ਇਹਨਾਂ ਦੀਆਂ ਆਈਟਮਸ ਬਹੁਤ ਵਧੀਆ ਵਧੀਆ ਇਹਨਾਂ ਦੇ ਕੋਲ, ਮਾਡਰਨ ਕਲਾਸਿਕ ਸਾਰੇ ਪਏ ਆ। ਇੱਕ ਰਿਵੋਲਵਿੰਗ ਚੇਅਰ ਵੀ ਮੈਨੂੰ ਮਿਲ ਗਈ ਆ, ਮੈਂ ਬੈਠ ਹੀ ਜਾਵਾਂ ਥੋੜ੍ਹਾ ਜਿਹਾ, ਮੇ ਬੀ ਮੈਂ ਟਾਇਰਡ ਹੋ ਜਾਣਾ ਇਹ ਸਾਰਾ ਸਟੋਰ ਘੁੰਮ ਘੁੰਮ ਕੇ, ਪਰ ਮੇਰਾ ਦਿਲ ਨਹੀਂ ਭਰ ਰਿਹਾ ਬਿਕੋਜ਼ ਇਹਨਾਂ ਦੇ ਕੋਲ ਆਈਟਮਸ ਹੀ ਇੰਨੀਆਂ ਵਧੀਆ ਵਧੀਆ। ਤੁਸੀਂ ਦੇਖ ਸਕਦੇ ਆ ਇਹਨਾਂ ਕੋਲ ਇੰਨਾ ਕੁ ਜ਼ਿਆਦਾ ਸਮਾਨ ਹੈਗਾ, ਮਾਡਰਨ ਕਲਾਸਿਕ, ਕੋਈ ਮਰਜ਼ੀ ਲੈਣਾ ਹੋਵੇ ਤੁਸੀਂ ਤਾਂ ਤੁਸੀਂ ਇੱਥੇ ਜ਼ਰੂਰ ਆਉਣਾ ਡਾਇਰੈਕਟ ਫਰਨੀਚਰ ਦੇ ਉੱਤੇ, ਤੁਹਾਨੂੰ ਆਪਦੇ ਡਿਮਾਂਡ ਦੀਆਂ ਸਾਰੀਆਂ ਚੀਜ਼ਾਂ ਮਿਲ ਜਾਣਗੀਆਂ। ਜੇ ਤੁਸੀਂ ਕੋਈ ਮਾਡਰਨ ਸੈੱਟ ਲੈਣਾ, ਕੋਈ ਯੂਥ ਸੈੱਟ ਲੈਣਾ, ਸਟੋਰੇਜ ਬੈੱਡ ਲੈਣੇ ਆ, ਸੈਕਸ਼ਨਲ ਸੋਫਾ ਲੈਣਾ ਹੈਗਾ, ਰੈਕਲਾਈਨਰ ਲੈਣਾ, ਲਵ ਸੀਟ ਸੋਫਾ, ਥੀਏਟਰ ਰੂਮ ਵਾਸਤੇ ਚੇਅਰਸ ਚਾਹੀਦੀਆਂ, ਡਾਇਨਿੰਗ ਟੇਬਲ ਚਾਹੀਦਾ, ਸਾਰਾ ਕੁਛ ਤੁਹਾਨੂੰ ਇੱਕੋ ਥਾਂ 'ਤੇ ਮਿਲ ਜਾਣਾ ਹੈ। ਉਹਦੇ ਨਾਲ ਨਾਲ ਜੇ ਐਕਸੈਸਰੀਜ਼ ਵੀ ਲੈਣੀਆਂ ਜਿਵੇਂ ਕਿ ਲੈਂਪਸ, ਕੌਫੀ ਟੇਬਲ, ਕੋਈ ਵੀ ਵਾਲ ਆਰਟ ਲੈਣਾ ਆ, ਐਨੀਥਿੰਗ ਇਨ ਵਨ ਪਲੇਸ, ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈਗੀ, ਰੀਜ਼ਨੇਬਲ ਪ੍ਰਾਈਜ਼ ਆ, ਮੈਂ ਸਾਰੇ ਦੇਖ ਕੇ ਆਈ ਹਾਂ। ਸੋ ਇੱਦੂ ਵਧੀਆ ਜਗ੍ਹਾ ਨਹੀਂ ਹੋ ਸਕਦੀ, ਮੇਰੀ ਗਰੰਟੀ ਆ, ਤੁਸੀਂ ਇੱਕ ਵਾਰ ਜ਼ਰੂਰ ਵਿਜ਼ਿਟ ਕਰਨਾ ਡਾਇਰੈਕਟ ਫਰਨੀਚਰ। ਹੁਣ ਮੈਂ ਤੁਹਾਨੂੰ ਲੈ ਕੇ ਆਈ ਹਾਂ ਮੇਨ ਥਾਂ ਦੇ ਉੱਤੇ। ਸ਼ੋਰੂਮ ਤਾਂ ਆਪਾਂ ਦੇਖ ਲਿਆ ਇਹਨਾਂ ਦਾ ਹੈਗਾ ਆ, ਪਰ ਜਦੋਂ ਤੁਸੀਂ ਚੀਜ਼ਾਂ ਨੂੰ ਪਸੰਦ ਕਰ ਲੈਂਦੇ ਆ, ਕੋਈ ਵੀ ਸੋਫਾ ਲੈਣਾ ਆ, ਕੋਈ ਬੈਡਰੂਮ ਸੂਈਟ ਲੈਣੀ ਆ, ਕੋਈ ਕੁਛ ਵੀ ਲੈਣਾ ਤੁਸੀਂ, ਸੋ ਇਹ ਉਹ ਜਗ੍ਹਾ ਹੈਗੀ ਆ ਜਿੱਥੇ ਸਾਰੀਆਂ ਚੀਜ਼ਾਂ ਪਈਆਂ ਨੇ ਪੈਕਡ। ਇਹ ਵੇਅਰ ਹਾਊਸ, ਇਹਨਾਂ ਕੋਲ 3 ਵੇਅਰ ਹਾਊਸ ਹੈ, ਅਤੇ ਸੋ ਸਾਰਾ ਕੁਛ ਇਹਨਾਂ ਕੋਲ ਅਵੇਲੇਬਲ ਹੈਗਾ ਆ। ਸੋ ਵੇਅਰ ਹਾਊਸ ਦੇ ਵਿੱਚ ਜਿਹੜੇ ਕੰਮ ਕਰਦੇ ਆ ਉਹਨਾਂ ਨਾਲ ਵੀ ਤੁਹਾਡੀ ਮੈਂ ਗੱਲਬਾਤ ਕਰਾਉਂਦੀ ਹਾਂ, ਤਾਂ ਉਹ ਕਿੱਦਾਂ ਇੱਥੇ ਡੀਲ ਕਰਦੇ ਆ, ਕਿੱਦਾਂ ਇੱਥੇ ਮੈਨੇਜ ਕਰਦੇ ਆ, ਉਹ ਵੀ ਇਹਨਾਂ ਤੋਂ ਪੁੱਛਾਂਗੇ। ਅਤੇ ਆਪਾਂ ਚੱਲਦੇ ਹਾਂ ਹੁਣ ਵੇਅਰ ਹਾਊਸ ਦੇ ਰਾਊਂਡ 'ਤੇ, ਅਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਵੇਅਰ ਹਾਊਸ ਕਿੱਦਾਂ ਦੇ ਆ ਇਹਨਾਂ ਦੇ। ਤੁਸੀਂ ਦੇਖ ਸਕਦੇ ਹਾਂ ਕਿ ਇਹ ਟਰੱਕ ਲੋਡ ਕਰ ਰਹੇ ਆ ਡਿਲੀਵਰੀ ਲੈ ਕੇ ਜਾਣ ਵਾਸਤੇ। ਸੋ ਦੇਖ ਸਕਦੇ ਹਾਂ ਕਿ ਇਹਨਾਂ ਨੇ ਸਮਾਨ ਇੱਦਾਂ ਨਹੀਂ ਸਿੱਟਿਆ ਹੋਇਆ, ਸਿਰਫ ਇੱਕ ਜਾਣੇ ਦੀ ਇੱਕ ਟਾਈਮ ਦੇ ਵਿੱਚ ਡਿਲੀਵਰੀ ਕਰਦੇ ਆ ਇਹ। ਇੱਦਾਂ ਨਹੀਂ ਹੈ ਕਿ ਤੁਹਾਡੀ ਕੋਈ ਚੀਜ਼ ਖਰਾਬ ਹੋਏਗੀ, ਜਿੰਨਾ ਚਿਰ ਤੁਹਾਡੇ ਘਰ, ਤੁਹਾਡੇ ਲਿਵਿੰਗ ਰੂਮ ਦੇ ਵਿੱਚ, ਤੁਹਾਡੇ ਬੈਡਰੂਮ ਦੇ ਵਿੱਚ ਇਹਨਾਂ ਦਾ ਫਰਨੀਚਰ ਨਹੀਂ ਜਾਂਦਾ, ਉਨਾ ਚਿਰ ਇਹਨਾਂ ਦੀ ਗਰੰਟੀ ਆ ਨਵਾਂ ਅਤੇ ਵਧੀਆ। ਅਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਹ ਜਿਹੜੀ ਇੰਸਟਾਲੇਸ਼ਨ ਆ
ਉਹ ਆਪ ਕਰਕੇ ਆਉਂਦੇ ਆ ਅਤੇ ਤੁਹਾਨੂੰ ਪੂਰੀ ਤਰ੍ਹਾਂ ਨਾਲ ਇਹਦੇ ਨਾਲ ਸੰਤੁਸ਼ਟ ਕਰਕੇ ਆਉਂਦੇ ਆ ਕਿ ਤੁਸੀਂ ਸੰਤੁਸ਼ਟ ਹਾਂ ਉਸ ਫਰਨੀਚਰ ਦੇ ਰਿਗਾਰਡਿੰਗ ਕਿ ਉਹਦੇ ਵਿੱਚ ਕੋਈ ਵੀ ਤਰ੍ਹਾਂ ਦਾ ਡਿਫੈਕਟ ਨਹੀਂ ਹੈਗਾ। ਸੋ ਡਿਲੀਵਰੀ ਇਹ ਕਰਕੇ ਆਉਂਦੇ ਆ, ਪਰ ਇਹਨਾਂ ਦੀ ਟਾਈਮਿੰਗ ਕੀ ਆ ਡਿਲੀਵਰੀ ਦੀ, ਇਹ ਕਦੋਂ ਕਰਕੇ ਆਉਂਦੇ ਆ ਅਤੇ ਇਹਨਾਂ ਦਾ ਕੀ ਸਾਰੀਆਂ ਰੂਲਸ ਰੈਗੂਲੇਸ਼ਨਸ, ਉਹ ਆਪਾਂ ਜਾਣਾਂਗੇ ਇਹਨਾਂ ਦੇ ਸਟਾਫ ਦੇ ਬਾਰੇ। ਪਰ ਹੁਣ ਆਪਾਂ ਦੇਖ ਰਹੇ ਹਾਂ ਕੀ ਹੋ ਰਿਹਾ, ਕੀ ਕੁਛ ਇਹ ਕਰਦੇ ਆ। ਪਰ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹਾਂ ਕਿ ਡਿਲੀਵਰੀ ਲਈ ਟਰੱਕ ਰੈਡੀ ਆ ਅਤੇ ਪੂਰੀ ਚੰਗੀ ਤਰ੍ਹਾਂ ਨਾਲ ਉਹਨਾਂ ਨੇ ਰੈਪ ਕੀਤਾ ਹੋਇਆ ਆ ਅਤੇ ਵਧੀਆ ਤਰ੍ਹਾਂ ਨਾਲ ਡਿਲੀਵਰੀ ਕਰਨ ਨੂੰ ਦਾ ਪ੍ਰੋਮਿਸ ਵੀ ਕਰਦੇ ਆ ਤੁਹਾਡੇ ਨਾਲ। ਅਤੇ ਹੁਣ ਇਹਨਾਂ ਦਾ ਸਟਾਫ ਵੀ ਲੱਭਦੇ ਹਾਂ ਅਤੇ ਦੇਖਦੇ ਹਾਂ ਉਹ ਕੀ ਕਹਿੰਦੇ ਨੇ। ਜਿਵੇਂ ਤੁਸੀਂ ਆਪਾਂ ਪਿਛਲੇ ਵੇਅਰ ਹਾਊਸ ਦੇ ਵਿੱਚ ਦੇਖਿਆ ਸੀ ਕਿ ਇਹਨਾਂ ਦਾ ਵੇਅਰ ਹਾਊਸ ਵਧੀਆ ਹੈਗਾ, ਕੰਜਸਟਡ ਨਹੀਂ ਹੈਗਾ ਗਾ, ਸਾਰਾ ਕੁਛ ਵਧੀਆ ਤਰ੍ਹਾਂ ਰੱਖਿਆ, ਸਿੱਟਿਆ ਨਹੀਂ ਪਿਆ ਸਾਰਾ ਸਮਾਨ। ਹੁਣ ਆਪਾਂ ਦੂਜੇ ਵੇਅਰ ਹਾਊਸ ਦੇ ਵਿੱਚ ਐਂਟਰ ਹੋ ਚੁੱਕੇ ਹਾਂ ਅਤੇ ਮੈਂ ਲੱਭ ਰਹੀ ਹਾਂ ਇਹਨਾਂ ਦੇ ਮੈਨੇਜਰ ਨੂੰ, ਮੈਨੂੰ ਕਿਤੇ ਦਿਸ ਨਹੀਂ ਰਹੇ ਗਏ। ਹੁਣ ਮੇ ਬੀ ਉਹ ਦੂਜੇ ਵੇਅਰ ਹਾਊਸ ਦੇ ਵਿੱਚ ਕੰਮ ਕਰ ਰਹੇ ਆ। ਸੋ ਮੈਨੂੰ ਲੱਗਦਾ ਕਿ ਉਹ ਮੈਨੂੰ ਮਿਲ ਗਿਆ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਉਹਨਾਂ ਨੂੰ ਪੁੱਛਦੇ ਹਾਂ। ਹੈਲੋ, ਹਾਈ, ਸਤਿ ਸ਼੍ਰੀ ਅਕਾਲ, ਵੀ ਆਰ ਫਰੋਮ ਸਾਂਝਾ ਟੀਵੀ, ਸਪੋਟਲਾਈਟ ਦੀ ਟੀਮ ਤੁਹਾਡੇ ਵੇਅਰ ਹਾਊਸ ਦੇ ਵਿੱਚ ਆਈ ਹੋਈ ਹੈ। ਮੈਂ ਕਦੋਂ ਤੋਂ ਲੱਭ ਰਹੀ ਸੀ, ਸੋ ਮੈਨੂੰ ਲੱਗਦਾ ਤੁਸੀਂ ਮੈਨੇਜਰ ਹੈਗੇ ਆ ਇੱਥੋਂ ਦੇ। ਸੋ ਇਹ ਹੈਗੇ ਆ ਇੱਥੋਂ ਦੇ ਮੈਨੇਜਰ, ਪਹਿਲਾਂ ਤੁਸੀਂ ਆਪਣਾ ਨਾਮ ਦੱਸੋ। ਮੇਰਾ ਨਾਮ ਹੈ ਸ਼ਰਨਜੀਤ ਸਿੰਘ। ਵੈਲਕਮ ਟੂ ਆਰ ਸ਼ੋਅ। ਅਤੇ ਅਸੀਂ ਅੱਜ ਡਾਇਰੈਕਟ ਫਰਨੀਚਰ ਸਾਰੇ ਆਡੀਅੰਸ ਨੂੰ ਦਿਖਾਉਂਦੇ ਪਏ ਹਾਂ ਕਿ ਕਿੰਨਾ ਵਧੀਆ ਸਟੋਰ ਹੈ। ਅਤੇ ਪਹਿਲਾਂ ਮੈਨੂੰ ਤੁਸੀਂ ਦੱਸੋ ਕਿ ਤੁਸੀਂ ਕਿਉਂ ਇਹੀ ਪਰਟੀਕੁਲਰ ਸਟੋਰ ਚੁਣਿਆ ਕੰਮ ਕਰਨ ਲਈ? ਇੱਕ ਤਾਂ ਮੇਰੇ ਘਰ ਦੇ ਬਿਲਕੁਲ ਨਜ਼ਦੀਕ ਹੈਗਾ, ਦੂਜਾ ਇੱਥੇ ਮੈਂ ਜਦੋਂ ਆਇਆ ਆ ਕੇ ਦੇਖਿਆ ਤਾਂ ਇੱਥੇ ਦਾ ਮਾਹੌਲ ਬਹੁਤ ਵਧੀਆ ਲੱਗਾ ਮੈਨੂੰ, ਅਤੇ ਸਾਡੇ ਬੌਸ ਵੀ ਬਹੁਤ ਵਧੀਆ ਵਾ, ਯਾਨੀ ਕਿ ਵਧੀਆ, ਯਾਨੀ ਕਿ ਇੱਥੇ ਦਾ ਮਾਹੌਲ ਆ ਸਾਰਾ ਕੁਛ, ਯਾਨੀ ਕਿ ਹੈ ਨਾ, ਅਤੇ ਵਧੀਆ ਪੇ ਕਰਦੇ ਆ, ਟਾਈਮ ਟੂ ਟਾਈਮ ਸਾਨੂੰ ਚੈੱਕ ਮਿਲ ਜਾਂਦੀ ਆ, ਯਾਨੀ ਕਿ ਘਰ ਵਾਲਾ ਮਾਹੌਲ ਹੀ ਆ ਜੀ, ਯਾਨੀ ਕਿ ਬਹੁਤ ਵਧੀਆ ਲੱਗਾ ਸਾਨੂੰ ਇੱਥੇ ਕੰਮ ਕਰਕੇ। ਕਦੋਂ ਤੋਂ ਸਟਾਰਟ ਕੀਤਾ ਤੁਸੀਂ ਇੱਥੇ ਕੰਮ? ਆਲਮੋਸਟ ਕਹਿ ਲਓ ਵੀ ਸਾਲ ਹੋ ਚੱਲਾ। ਇੱਕ ਸਾਲ ਤੋਂ ਇੱਥੇ ਕੰਮ ਕਰ ਰਹੇ ਹੋ, ਅਤੇ ਫਿਊਚਰ ਪਲਾਨਸ ਹੁਣ ਇੱਥੇ ਸਟੇ ਕਰਨ ਦਾ ਰਹਿੰਦਾ? ਇਹ ਤਾਂ ਹੁਣ ਵਕਤ ਦਾ ਜਾਂ ਰੱਬ ਹੈ ਨਾ, ਅਤੇ ਬਾਕੀ ਦੇਖੋ ਹੁਣ ਹੌਲੀ ਹੌਲੀ ਕਰਾਂਗੇ। ਤੁਸੀਂ ਤਿੰਨ ਜਿਹੜੇ ਹੈਗੇ ਆ ਸਾਰੇ ਵੇਅਰ ਹਾਊਸ ਉਹਨਾਂ ਨੂੰ ਮੈਨੇਜ ਕਰਦੇ ਆ, ਕਿੰਨਾ ਕੁ ਹਾਰਡ ਲੱਗਦਾ ਆ ਇੰਨਾ ਵੱਡਾ ਜਿਹੜਾ ਹੈਗੇ ਵੇਅਰ ਹਾਊਸ ਉਹਨਾਂ ਨੂੰ ਮੈਨੇਜ ਕਰ? ਐਕਚੁਲੀ ਸਟਾਰਟਿੰਗ ਦੇ ਵਿੱਚ ਥੋੜ੍ਹਾ ਜਿਹਾ ਲੱਗਾ ਸੀ ਮੈਨੂੰ ਹਾਰਡ, ਬਟ ਫਿਰ ਹੌਲੀ ਹੌਲੀ ਐਕਚੁਲੀ ਸਾਰੇ ਵੇਅਰ ਹਾਊਸ ਦੀ ਇਨਵੈਂਟਰੀ ਕੀਤੀ ਅਤੇ ਸਾਰਾ ਸਮਾਨ ਅਸੀਂ ਆਪਣੇ ਇੱਕ ਕਾਪੀ ਦੇ ਵਿੱਚ ਨੋਟ ਕਰ ਲਿਆ, ਅਤੇ ਹੁਣ ਮੈਨੂੰ ਕੋਈ ਜ਼ਿਆਦਾ ਇੰਨੀ ਪ੍ਰੋਬਲਮ ਨਹੀਂ ਆਉਂਦੀ, ਈਜ਼ਲੀ ਯਾਨੀ ਕਿ ਮੈਂ ਇਹਨੂੰ ਮੈਨੇਜ ਕਰ ਲੈਂਦਾ। ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਇਹ ਸਾਰਾ ਕੁਛ ਤੁਹਾਡੇ ਕੋਲ ਇੱਥੇ ਅਵੇਲੇਬਲ ਹੁੰਦਾ ਜਾਂ ਤੁਸੀਂ ਆਰਡਰ 'ਤੇ ਜਾਂ ਸ਼ਿਪਮੈਂਟਸ ਆਉਂਦੀਆਂ, ਸੋ ਉਹ ਸਾਰੇ ਦਾ ਕਿੱਦਾਂ ਤੁਸੀਂ ਮੈਨੇਜ ਕਰਦੇ? ਯਾਰ, ਸਾਡੇ ਕੋਲ ਆਰਡਰ ਵੀ ਆਉਂਦੇ ਆ ਜਿੱਦਾਂ, ਅਤੇ ਅਸੀਂ ਫਿਰ ਉਹ ਕਹਿ ਲਓ ਕਿ ਆਪਣੇ ਸਾਡੇ ਜਿਹੜੇ ਵਰਕਰ ਆ ਕੰਮ ਕਰਦੇ ਨਾਲ, ਅਤੇ ਫਿਰ ਉਹਨਾਂ ਨੂੰ ਆਪਾਂ ਨਾਲ ਲਾ ਕੇ, ਅਤੇ ਫਿਰ ਇੱਥੇ ਆ ਸਾਡੀ ਡੌਕ, ਇੱਥੇ ਫਿਰ ਆਪਾਂ ਸਮਾਨ ਜਿਹੜਾ ਟ੍ਰੇਲਰ ਜਿਹੜਾ ਉਹ ਇੱਥੇ ਆਪਾਂ ਲੋਡ ਕਰਾਈਦਾ ਯਾਨੀ ਕਿ। ਹਾਂਜੀ, ਕਿੰਨੀਆਂ ਟੀਮਸ ਹੈਗੀਆਂ ਤੁਹਾਡੇ ਕੋਲ ਜਿਹੜੀਆਂ ਡਿਲੀਵਰੀ ਕਰਕੇ ਆਉਂਦੀਆਂ? ਸਾਡੇ ਕੋਲ 4 ਮੁੰਡੇ ਆ ਜੀ, ਅਤੇ 2 ਜਿੱਦਾਂ ਕਹਿ ਲਓ ਕਿ ਸਾਡੇ ਕੋਲ ਟਰੱਕ ਆ, ਅਤੇ 2 ਮੁੰਡੇ ਆਪਣੇ ਜਿੱਦਾਂ ਡਿਲੀਵਰੀਆਂ 'ਤੇ ਜਾਂਦੇ ਆ, ਅਤੇ 1 ਮੁੰਡਾ ਜਿੱਦਾਂ ਕਈ ਵਾਰੀ ਮੇਰੇ ਨਾਲ ਹੈਲਪ ਕਰਾ ਦਿੰਦਾ, ਅਤੇ ਇਨਕੇਸ ਜਦੋਂ ਪਿੱਛੇ ਜਿੱਦਾਂ ਕੰਮ ਜਿੱਦਾਂ ਸਲੋ ਆ, ਫਿਰ ਆਪਾਂ ਡਿਲੀਵਰੀ 'ਤੇ ਫਿਰ ਨਾਲ ਦੂਸਰੇ ਮੁੰਡੇ ਨੂੰ ਵੀ ਭੇਜ ਦੇਈਦਾ। ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਨਾਂ ਦਾ ਫਰਨੀਚਰ ਜਿਹੜਾ ਹੈਗਾ ਬੈਸਟ ਹੈਗਾ ਸਾਰੇ, ਕਿਤੇ ਹੋਰ ਸਾਨੂੰ ਜਾਂ ਕਿਸੇ ਆਡੀਅੰਸ ਨੂੰ ਜਾਂ ਕਿਸੇ ਹੋਰ ਨੂੰ ਕਿਤੇ ਹੋਰ ਜਾਣ ਦੀ ਤਾਂ ਨਹੀਂ ਲੋੜ, ਇੱਥੇ ਕੀ ਸਪੈਸ਼ਲ ਆ? ਇੱਥੇ ਫਰਨੀਚਰ ਇਹਨਾਂ ਦਾ ਬਹੁਤ ਵਧੀਆ ਵਾ, ਅਤੇ ਸੋਲਿਡ ਫਰਨੀਚਰ ਆ, ਅਤੇ ਕਹਿ ਲਓ ਕਿ ਬਹੁਤ ਵਧੀਆ ਫਰਨੀਚਰ ਆ, ਅਤੇ ਹੋਰ ਮੈਂ ਕੀ ਕਹਿ ਸਕਦਾ। ਮੈਨੂੰ ਲੱਗਦਾ ਆਪਾਂ ਹੁਣ ਇਹੀ ਕਹਿ ਸਕਦੇ ਹਾਂ ਕਿ ਇਹ ਜਿਹੜਾ ਹੈਗਾ ਪਿਓਰ ਮਟੀਰੀਅਲ ਪ੍ਰੋਵਾਈਡ ਕਰਦੇ। ਪਿਓਰ, ਬਿਲਕੁਲ, ਹਾਂਜੀ। ਥੈਂਕ ਯੂ ਸਾਡੇ ਨਾਲ ਗੱਲਬਾਤ ਕਰਨ ਵਾਸਤੇ, ਅਤੇ ਇੱਦਾਂ ਹੀ ਅਸੀਂ ਆਪਣੀ ਆਡੀਅੰਸ ਨੂੰ ਵੀ ਦਿਖਾਉਂਦੇ ਰਹਾਂਗੇ ਕਿ ਕੀ ਹੋਰ ਕੁਛ ਹੈਗਾ ਸਟੋਰ ਦੇ ਵਿੱਚ। ਸੋ ਥੈਂਕ ਯੂ ਸੋ ਮੱਚ। ਓਕੇ, ਥੈਂਕ ਯੂ। ਹਾਂ, ਸਾਡੇ ਕੋਲ ਜਿੱਦਾਂ ਸੋਫੇ ਅਸੀਂ ਇੱਦਾਂ ਬੈਲਟ ਲਾ ਕੇ ਬੰਨ ਕੇ ਪੂਰਾ ਟਾਈ ਕਰਕੇ ਲੈ ਕੇ ਜਾਂਦੇ ਹਾਂ, ਮੈਟਰਸ ਨੂੰ ਆਪਾਂ ਇੱਦਾਂ ਟਾਈ ਕਰਕੇ ਲੈ ਕੇ ਜਾਂਦੇ ਹਾਂ, ਹੋਰ ਵੀ ਸਾਡਾ ਜਿਹੜਾ ਜਿੰਨਾ ਵੀ ਸਾਡਾ ਮਟੀਰੀਅਲ ਜੋ ਵੀ ਫਰਨੀਚਰ ਅਸੀਂ ਬਿਲਕੁਲ ਇੱਦਾਂ ਹੀ ਬੈਲਟਾਂ ਨਾਲ ਬੰਨ ਕੇ ਸੇਫਲੀ ਕਸਟਮਰ ਦੇ ਘਰ ਅਸੀਂ ਸੇਫ ਪਹੁੰਚਾਉਂਦੇ ਹਾਂ ਕਿ ਕਸਟਮਰ ਨੂੰ ਕੋਈ ਕੰਪਲੇਂਟ ਨਾ ਆਵੇ ਜਾਂ ਕੁਛ ਵੀ ਅਗਲਾ ਸਾਨੂੰ ਕੰਪਲੇਂਟ ਨਾ ਕਰੇ ਕਿ ਹਾਂ ਵੀ ਤੁਹਾਡਾ ਕੋਈ ਸਮਾਨ ਜਾਂ ਕੁਛ ਵੀ ਮਟੀਰੀਅਲ ਆ ਤੁਹਾਡਾ ਖਰਾਬ ਆ ਨਿਕਲਿਆ ਜਾਂ ਫਟਿਆ ਨਿਕਲਿਆ, ਹੈ ਨਾ। ਇਸ ਲਈ ਆਪਾਂ ਬਿਲਕੁਲ ਸੇਫ ਅਤੇ ਐਨ ਟਾਈ ਕਰਕੇ ਲੈ ਕੇ ਜਾਂਦੇ ਹਾਂ। ਅਤੇ ਆ ਸਾਡੇ ਜਸਕਰਨ ਭਾਅ ਜੀ, ਹੁਣੇ ਇਹ ਵੀ ਇਹ ਬੰਦੇ ਸਾਡੇ ਨਾਲ ਹੀ ਇੱਥੇ ਕੰਮ ਕਰਦੇ ਆ, ਕੁਛ ਦੱਸੋ ਆਪਣੇ ਬਾਰੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਇਸ ਸਮਾਨ ਦੀ ਸੇਫਟੀ ਜਿਹੜੀ ਸਭ ਤੋਂ ਪਹਿਲਾਂ ਰੱਖੀ ਦੀ ਹੈ, ਸਾਰਾ ਕੁਛ ਟਾਈ ਅਪ ਕਰਕੇ ਪ੍ਰੋਪਰ ਬਿਨਾਂ ਮਾਰਕ ਤੋਂ। ਕਈ ਵਾਰੀ ਬੰਦੇ ਕੱਚੇ ਬੰਦੇ ਹੁੰਦੇ ਜਿੱਦਾਂ, ਉਹ ਮਾਰਕ
ਪਾ ਦਿੰਦੇ ਨੇ ਸਮਾਨ ਤੇ, ਬਟ ਆਪਾਂ ਉਹਨਾਂ ਨੂੰ ਪੂਰੀ ਪ੍ਰੋਪਰ ਟ੍ਰੇਨਿੰਗ ਦੇਈਦੀ ਹੈ, ਸੋ ਸੇਫਲੀ ਕਸਟਮਰ ਦੇ ਘਰ ਸਾਰਾ ਸਮਾਨ ਪਹੁੰਚਾਈਦਾ। ਇਹ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਸੋ ਇਸ ਦੇ ਨਾਲ ਹੀ ਸਾਰਿਆਂ ਦਾ ਧੰਨਵਾਦ ਜੀ, ਥੈਂਕ ਯੂ। ਮੈਂ ਕਿਹਾ ਕੁਛ ਚੇਂਜ ਕਰ ਲਈਏ, ਐਂਕਰ ਨੂੰ ਚੇਂਜ ਕਰ ਲਈਏ। ਸੋ ਸ਼ਰਨ ਜੀ ਨੂੰ ਮੈਂ ਕਿਹਾ ਤੁਸੀਂ ਐਂਕਰਿੰਗ ਕਰੋ ਅੱਜ ਮੇਰੀ ਥਾਂ 'ਤੇ, ਮੇਰਾ ਸਪੋਟਲਾਈਟ ਅੱਜ ਉਹਨਾਂ ਦਾ ਹੋ ਗਿਆ ਮੈਨੂੰ ਲੱਗਦਾ। ਸੋ ਉਹਨਾਂ ਨੇ ਵਧੀਆ ਤਰ੍ਹਾਂ ਨਾਲ ਦੱਸਿਆ ਕਿ ਕਿੱਦਾਂ ਡਿਲੀਵਰੀਜ਼ ਕਰਦੇ ਨੇ। ਸੋ ਤੁਸੀਂ ਦੇਖ ਸਕਦੇ ਹਾਂ ਦੋ ਟਰੱਕ ਹੈਗੇ ਆ ਮੇਰੇ ਪਿੱਛੇ। ਸੋ ਦੋਨਾਂ ਟਰੱਕਾਂ ਦੇ ਵਿੱਚ ਡਿਲੀਵਰੀ ਸੇਫਲੀ, ਇੱਦਾਂ ਨਹੀਂ ਹੈ ਕਿ ਸਾਰਾ ਸਮਾਨ ਇੱਕ ਟਰੱਕ ਦੇ ਵਿੱਚ ਸਿੱਟਿਆ ਅਤੇ ਲੈ ਗਏ, ਬਟ ਨਹੀਂ, ਸਾਰਾ ਕੁਛ ਬੈਲਟਸ ਦੇ ਨਾਲ ਸੇਫਲੀ ਲੈ ਕੇ ਜਾਂਦੇ ਆ ਅਤੇ ਘਰਾਂ ਦੇ ਵਿੱਚ ਜਾ ਕੇ ਉੱਥੇ ਲਗਾ ਕੇ ਪੂਰੀ ਤਰ੍ਹਾਂ ਐਡਜਸਟ ਕਰਕੇ ਫਿਰ ਵਾਪਸ ਆਉਂਦੇ ਆ। ਇਹਦੇ ਬਾਰੇ ਵੀ ਡਿਟੇਲ ਦੇ ਵਿੱਚ ਜਾਣਕਾਰੀ ਲਵਾਂਗੇ ਇਹਨਾਂ ਤੋਂ, ਪਰ ਤੁਸੀਂ ਦੇਖਦੇ ਰਹੋ ਸਪੋਟਲਾਈਟ। ਤੁਸੀਂ ਦੇਖ ਸਕਦੇ ਆ ਕਿ ਇਹਨਾਂ ਕੋਲ ਇਕਵਿਪਮੈਂਟਸ ਵੀ ਪੂਰੇ ਹੈਗੇ ਆ, ਜਿਨ੍ਹਾਂ ਦੇ ਨਾਲ ਇਹ ਪੂਰੀ ਸੇਫਟੀ ਦੇ ਨਾਲ ਇਹਨਾਂ ਦੇ ਜਿਹੜੇ ਵਰਕਰਸ ਆ ਉਹਨਾਂ ਦੀ ਵੀ ਸੇਫਟੀ ਹੈ ਇੱਥੇ, ਅਤੇ ਜਿਹੜੇ ਇਹਨਾਂ ਦੇ ਕਸਟਮਰ ਆ ਉਹ ਵੀ ਖੁਸ਼ ਹੋ ਕੇ ਜਾਂਦੇ ਆ ਪੂਰੀ ਤਰ੍ਹਾਂ ਨਾਲ। ਅਤੇ ਇਹਨਾਂ ਦਾ ਜਿਹੜਾ ਕੰਮ ਕਰਨ ਦਾ ਸਟਾਈਲ ਆ ਉਹ ਵਧੀਆ ਹੈਗਾ ਆ। ਉਹ ਜਿਹੜੇ ਇਹਨਾਂ ਦੇ ਹੁਣ ਦੇਖ ਤੁਸੀਂ ਦੇਖਿਆ ਕਿ ਇਹਨਾਂ ਨੇ ਫੋਰਕਲਿਫਟ ਦੇ ਨਾਲ ਸਮਾਨ ਚੱਕਿਆ ਆ, ਸੋ ਉਹ ਵੀ ਪੂਰੀ ਚੰਗੀ ਤਰ੍ਹਾਂ ਨਾਲ ਕੰਮ ਕਰਦੇ ਆ ਅੰਦਰ ਵੀ ਅਤੇ ਬਾਹਰ ਵੀ। ਪਰ ਹੁਣ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਵਿਹਲਾ ਹੋ ਚੁੱਕਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਅਤੇ ਇਸ ਤੋਂ ਬਾਅਦ ਓਨਰ ਨਾਲ ਵੀ ਗੱਲ ਕਰਾਂਗੇ, ਹੋਰ ਸਟਾਫ ਨਾਲ ਵੀ ਗੱਲ ਕਰਾਂਗੇ। ਤੁਸੀਂ ਬਣੇ ਰਹੋ ਅਸ਼ੋਕਾ ਮਸਾਲੇ ਪ੍ਰੈਜ਼ੈਂਟਸ ਸਪੋਟਲਾਈਟ ਦੇ ਨਾਲ। This program is sponsored by Ashoka, the original Indian taste. This program is sponsored by Ashoka, the original Indian taste. Welcome back after a short break and you are watching your favorite show Spotlight. Te ajj assi pahunche hoye ha direct furniture de utte, te break to pehla apan inna da warehouse dekhya, inna de workers, inna de managers naal gal baat kiti, te hun apan ja rahe ha inna de ਆਫਿਸ ਵੱਲ ਨੂੰ ਜਿੱਥੇ ਇਹ ਪੇਪਰ ਵਰਕ ਵੀ ਕਰਦੇ ਆ। ਇੱਥੇ ਇਹਨਾਂ ਦੇ ਓਨਰ ਨਾਲ ਵੀ ਗੱਲਬਾਤ ਕਰਾਂਗੇ ਜਿਵੇਂ ਕਿ ਮੈਂ ਬ੍ਰੇਕ ਤੋਂ ਪਹਿਲਾਂ ਕਿਹਾ ਸੀ। ਸੋ ਆਓ ਚੱਲਦੇ ਹਾਂ ਇਹਨਾਂ ਦੇ ਆਫਿਸ ਵੱਲ ਨੂੰ। ਤੁਸੀਂ ਹੁਣ ਦੇਖ ਸਕਦੇ ਹਾਂ ਕਿ ਕੰਮ ਕਰ ਰਹੇ ਆ, ਕੰਮ 'ਚ ਪੂਰੇ ਬਿਜ਼ੀ ਆ। ਅਤੇ ਮੈਂ ਸ਼ੋਅ ਦੇ ਸ਼ੁਰੂ ਹੋਣ ਦੇ ਵਿੱਚ ਇੱਕ ਗੱਲ ਕੀਤੀ ਸੀ ਪਰਿਵਾਰ ਦੇ ਬਾਰੇ, ਫੈਮਲੀ ਦੇ ਬਾਰੇ। ਸੋ ਇਹ ਇੱਕ ਬਿਜ਼ਨਸ ਇਹੋ ਜਿਹਾ ਜੋ ਫੈਮਲੀ ਦੀ ਜਿਹੜਾ ਮਿਸਾਲ ਹੈ ਉਹ ਕਾਇਮ ਕੀਤੀ ਹੈ ਇਹਨਾਂ ਨੇ। ਫੈਮਲੀ ਓਨਡ ਬਿਜ਼ਨਸ ਆ, ਫੈਮਲੀ ਇੱਕਜੁੱਟ ਹੋ ਕੇ ਕੰਮ ਕਰਦੀ ਹੈ। ਮੈਨੂੰ ਲੱਗਦਾ ਉਹ ਵੀ ਸਿੱਖਣ ਦੀ ਲੋੜ ਹੈ ਇਹਨਾਂ ਤੋਂ ਕਿ ਇੱਕ ਫੈਮਲੀ 'ਚ ਹੁੰਦੇ ਹੋਏ ਇੱਕੋ ਫੈਮਲੀ ਇੰਨਾ ਵੱਡਾ ਇੰਪਾਇਰ, ਇੰਨਾ ਵੱਡਾ ਬਿਜ਼ਨਸ ਰਨ ਕਰਦੀ ਪਈ ਹੈ। ਸੋ ਹੁਣ ਵੇਲਾ ਹੋ ਗਿਆ, ਮੈਂ ਫੜ ਲਿਆ ਇਹਨਾਂ ਦੇ ਓਨਰ ਨੂੰ, ਮੈਂ ਕਦੋਂ ਤੋਂ ਲੱਭ ਰਹੀ ਸੀ ਅਤੇ ਮੈਨੂੰ ਮਿਲੇ ਨਹੀਂ, ਪਰ ਹਜੇ ਵੀ ਇਹ ਬਿਜ਼ੀ ਆ। ਮੈਂ ਹੈਲੋ ਕਹਿ ਦਿੰਦੀ ਹਾਂ ਇਹਨਾਂ ਨੂੰ, ਪਰ ਜਦੋਂ ਵੀ ਇਹ ਡਨ ਹੋਣਗੇ ਆਪਣੇ ਨਾਲ ਗੱਲ ਜ਼ਰੂਰ ਕਰਨਗੇ। ਸੋ ਮਿਸਟਰ ਮਨਜਿੰਦਰ ਸਿੰਘ ਸੂਰੀ ਮੇਰੇ ਨਾਲ ਨੇ ਆਪਾਂ ਨੂੰ। ਹੈਲੋ ਮਨਜਿੰਦਰ ਜੀ, ਹਾਓ ਆਰ ਯੂ? ਸਤਿ ਸ਼੍ਰੀ ਅਕਾਲ ਜੀ। ਸੋ ਵੈਨ ਐਵਰ ਯੂ ਡਨ, ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਆ ਤੁਹਾਡੇ ਸਟੋਰ ਦੇ ਬਾਰੇ, ਤੁਹਾਡੇ ਕੰਮ ਦੇ ਬਾਰੇ। ਬਟ ਜਦੋਂ ਵੀ ਤੁਸੀਂ ਡਨ ਹੋਵੋਗੇ ਵੀ ਵਿਲ ਬੀ ਟਾਕਿੰਗ ਰਾਈਟ ਫਾਈਨਲ ਸੇਲ ਕਰਕੇ, ਤਾਂ ਫਿਰ ਮੈਂ ਤੁਹਾਡੇ ਨਾਲ ਗੱਲਬਾਤ ਕਰਦਾ, ਇਹਨਾਂ ਨੂੰ ਫਾਰਗ ਕਰ ਦੇਣਾ ਆਪਾਂ, ਫਿਰ ਆਪਾਂ ਬੈਠ ਕੇ ਗੱਲ ਕਰਦੇ ਹਾਂ। ਜ਼ਰੂਰ ਜ਼ਰੂਰ, ਥੈਂਕ ਯੂ ਥੈਂਕ ਯੂ। ਤੁਸੀਂ ਦੇਖ ਸਕਦੇ ਹਾਂ ਕਿ ਮਨਜਿੰਦਰ ਸਿੰਘ ਜੀ ਦੇ ਬੇਟੇ ਤਨਵੀਰ ਸਿੰਘ ਵੀ ਅੱਜ ਇੱਥੇ ਆਏ ਹੋਏ ਆ। ਅੱਜ ਉਹਨਾਂ ਨਾਲ ਵੀ ਗੱਲ ਕਰਨ ਦਾ ਆਪਾਂ ਨੂੰ ਮੌਕਾ ਮਿਲ ਗਿਆ। ਉਹ ਕੁਛ ਮੈਨੂੰ ਲੱਗਦਾ ਟੇਬਲ ਦਿਖਾ ਰਹੇ ਆ, ਉਹਨਾਂ ਨਾਲ ਗੱਲ ਕਰਦੇ ਹਾਂ ਪਹਿਲਾਂ। ਹਾਈ ਤਨਵੀਰ, ਹਾਈ, ਹਾਊ ਆਰ ਯੂ? ਗੁੱਡ, ਹਾਊ ਆਰ ਯੂ? ਨਾਈਸ ਟੂ ਸੀ ਯੂ। ਸੀ ਯੂ ਐਸ ਵੈਲ, ਹਾਊ ਆਰ ਥਿੰਗਸ?
What are you selling today? Today we're selling a quick, small and expandable dining set. The dining set is very important to the house because it's the most social and most dynamic piece of furniture in the house. Here, my friend here is gonna buy a furniture. He wants to buy a quick table. We wanted to have it so it's expandable and contractable. So we have it in two different colors displayed, and we have it in three different colors in the back. So he's going to be looking at one of these colors, and we're just deciding on what color and what size he wants. Is that the new brand or anything? This is an acrylic made table. As you can tell, it has a really nice bottom and it has a really nice top as well. And you can the best thing about it is it can expand and contract. It has a butterfly leaf. It can move in, and you can make it bigger or small. We can call it modern style, right? Yeah, it's a very modern, contemporary style. So one more question from me. Now, how you feel when you work with your dad? I think it's great. Myself and my dad, we have great ideas and we just blend off each other really well. So we play off for each other's cues. And I guess I've learned a lot from my father, and he's very caring and very supportive. And we're able to work really well together. You give your ideas too? Yeah, well, I give him my ideas and he either rejects them or takes them. This is good. And you're planning to settle in this business or you're doing something else? We'll see. We'll see what happens. Yeah. Sure, we want to see you on Direct Furniture in the future. Yeah, we'll see. We'll see what happens. Yeah, thank you so much. So, ਇਹ ਸਨ ਉਹਨਾਂ ਦੇ ਬੇਟੇ ਜਿਹੜੇ ਹੈਲਪ ਕਰਦੇ ਆ ਉਹਨਾਂ ਨੂੰ ਉਹਨਾਂ ਦੇ ਬਿਜ਼ਨਸ ਦੇ ਵਿੱਚ ਫੈਮਿਲੀ ਓਨਡ ਬਿਜ਼ਨਸ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਆ ਸੋ ਹੁਣ ਫਾਈਨਲੀ ਮੈਂ ਫੜ ਲੈਣਾ ਹੈਗਾ ਮਨਜਿੰਦਰ ਸਿੰਘ ਜੀ ਨੂੰ ਆਓ ਉਹਨਾਂ ਨਾਲ ਗੱਲ ਕਰਦੇ ਆ ਹੁਣ ਮੇਰੇ ਨਾਲ ਸਟੋਰ ਦੇ ਓਨਰ ਹੈਗੇ ਆ ਮਨਜਿੰਦਰ ਸਿੰਘ ਸੂਰੀ ਆ ਉਹਨਾਂ ਨਾਲ ਪਹਿਲਾਂ ਗੱਲ ਕਰਦੇ ਆ ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਦ ਸ਼ੋਅ ਸਪੋਟਲਾਈਟ ਤੇ ਅੱਜ ਅਸੀਂ ਤੁਹਾਡੇ ਸਟੋਰ ਤੇ ਆਏ ਆ ਤੁਹਾਡਾ ਜਿਹੜਾ ਸਟੋਰ ਆ ਉਹਨੂੰ ਐਕਸਪਲੋਰ ਕਰਦੇ ਪਏ ਆ ਤੁਹਾਡੀਆਂ ਵਧੀਆ ਵਧੀਆ ਆਈਟਮ ਫਰਨੀਚਰ ਆਈਟਮਸ ਨੂੰ ਦੇਖਦੇ ਪਏ ਆ ਸੋ ਮੈਨੂੰ ਤਾਂ ਪਰਸਨਲੀ ਬਹੁਤ ਸੋਹਣਾ ਲੱਗਿਆ ਹੋਪਫੁਲੀ ਮੇਰੇ ਆਡੀਅੰਸ ਨੂੰ ਵੀ ਵਧੀਆ ਲੱਗਿਆ ਹੋਊਗਾ ਪਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪੁੱਛਣਾ ਚਾਹੁੰਦੀ ਆ ਕਿ ਕਦੋਂ ਤੋਂ ਤੁਸੀਂ ਇਹ ਬਿਜ਼ਨਸ ਨੂੰ ਸਟਾਰਟ ਕੀਤਾ ਹੋਇਆ ਸਾਨੂੰ ਬਿਜ਼ਨਸ ਵਿੱਚ ਤਾਂ 35 ਈਅਰ ਹੋ ਗਏ 35 ਸਾਲ ਹੋ ਗਏ ਸਾਡਾ ਜਿਹੜਾ ਐਕਸਪੀਰੀਅੰਸ ਹੈਗਾ ਫਰਨੀਚਰ ਦੇ ਵਿੱਚ ਅਤੇ ਆਹ ਜਿਹੜੀ ਲੋਕੇਸ਼ਨ ਹੈ ਇਹ ਸਾਡੀ 2008 ਤੋਂ ਹੈਗੀ ਹੈ ਅਤੇ 10 ਸਾਲ ਸਾਨੂੰ ਇੱਥੇ ਵੀ ਹੋ ਗਏ 10 ਸਾਲ ਸੋ 35 ਸਾਲਾਂ ਦਾ ਐਕਸਪੀਰੀਅੰਸ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਮੂਵ ਹੋਏ ਸੀ ਉਦੋਂ ਤੋਂ ਹੀ ਤੁਹਾਡੇ ਦਿਮਾਗ ਦੇ ਵਿੱਚ ਇਹੀ ਆਈਡੀਆ ਸੀ ਕਿ ਮੈਂ ਇਹ ਸਟੋਰ ਖੋਲ੍ਹਣਾ ਹੈ ਕਿ ਕਦੋਂ ਕਿਵੇਂ ਤੁਹਾਡੇ ਦਿਮਾਗ 'ਚ ਆਇਆ ਕਿ ਮੈਂ ਇਹ ਸਟੋਰ ਓਪਨ ਕਰਨਾ ਹੈਗਾ ਫਰਨੀਚਰ ਸਟੋਰ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਨਾ ਅਤੇ ਉਦੋਂ ਪਹਿਲੀ ਪੜ੍ਹਨੀ ਪੈਂਦੀ ਫਾਰਮ ਵਿੱਚ ਜਾਣਾ ਪੈਂਦਾ ਅਤੇ ਇੱਕ ਸਾਲ ਅਸੀਂ ਫਾਰਮ ਵਿੱਚ ਗਏ ਉਸ ਤੋਂ ਬਾਅਦ ਫਿਰ ਰਿਚਮੰਡ ਗੋਰਿਆਂ ਦਾ ਫਾਰਮ ਸੀਗਾ ਉਹ ਲਾਗੇ ਇੱਕ ਫੈਕਟਰੀ ਸੀ ਫਰਨੀਚਰ ਬਣਦੀ ਸੀ ਅਤੇ ਉੱਥੇ ਮੇਰੇ ਡੈਡ ਕੰਮ ਕਰਦੇ ਸੀ ਅਤੇ ਡੈਡ ਨੇ ਫਿਰ ਉਹ ਮਾਲਕ ਨਾਲ ਗੱਲ ਕੀਤੀ ਮੇਰਾ ਬੇਟਾ ਵੀ ਇੰਡੀਆ ਤੋਂ ਆਇਆ ਅਤੇ ਤੋ ਇਹਨਾਂ ਨੂੰ ਵੀ ਜੋਬ ਦਿਓ ਫਿਰ ਅਸੀਂ ਉੱਥੇ ਮੈਂ ਚਲਾ ਗਿਆ ਅਤੇ ਅਸੀਂ 2.5 ਸਾਲ ਹੀ ਕੰਮ ਕੀਤਾ ਉਸ ਫੈਕਟਰੀ ਵਿੱਚ ਮੈਂ 2.5 ਸਾਲ ਹੀ ਕੰਮ ਕੀਤਾ ਉਸ ਤੋਂ ਬਾਅਦ ਫਿਰ ਸਾਨੂੰ ਇੱਕ ਫੈਕਟਰੀ ਲੱਗੀ ਲਗਾਈ ਮਿਲ ਗਈ ਜਿੱਥੇ ਫਰਨੀਚਰ ਮੈਨੂਫੈਕਚਰਿੰਗ ਹੁੰਦਾ ਸੀਗਾ ਅਤੇ ਉਸ ਜਗ੍ਹਾ 'ਤੇ ਮੈਂ 2.5 ਸਾਲ ਕੰਮ ਕਰਨ ਤੋਂ ਬਾਅਦ ਫਿਰ ਅਸੀਂ ਆਪਣੀ ਇੱਕ ਫੈਕਟਰੀ ਬਾਏ ਕਰ ਲਈ ਉੱਥੇ ਫਿਰ ਅਸੀਂ ਤਕਰੀਬਨ ਰਹੇ 4-4.5 ਸਾਲ ਉਸ ਤੋਂ ਬਾਅਦ ਫਿਰ ਇੱਕ ਹੋਰ ਵੱਡੀ ਫੈਕਟਰੀ ਬਾਏ ਕੀਤੀ ਉੱਥੇ ਫਿਰ 22 ਮੁੰਡੇ ਮੇਰੇ ਕੋਲ ਕੰਮ ਕਰਦੇ ਸੀ ਅਤੇ ਅਸੀਂ ਬੈਡਰੂਮ ਸੂਟ ਡਾਇਨਿੰਗ ਰੂਮ ਸੂਟ ਇਹ ਸਾਰਾ ਸਮਾਨ ਅਸੀਂ ਆਪ ਉੱਥੇ ਮੈਨੂਫੈਕਚਰਿੰਗ ਕਰਦੇ ਸੀ ਅਤੇ ਉਸ ਤੋਂ ਬਾਅਦ ਹੁਣ ਜਦੋਂ ਤੁਸੀਂ ਡਾਇਰੈਕਟ ਫਰਨੀਚਰ ਖੋਲ੍ਹਿਆ ਹੈਗਾ ਇਹ ਲੋਕੇਸ਼ਨ ਖੋਲ੍ਹੀ ਹੈਗੀ ਆ ਸੋ ਇਹਦੇ ਵਿੱਚ ਤੁਹਾਨੂੰ ਕੀ ਡਿਫਰੈਂਟ ਲੱਗਦਾ ਆ ਵੀ ਹੋਰ ਸਟੋਰਾਂ ਦੇ ਨਾਲੋਂ ਡਾਇਰੈਕਟ ਫਰਨੀਚਰ ਹੀ ਕਿਉਂ ਪ੍ਰੈਫਰ ਹੋਵੇ ਆਡੀਅੰਸ ਵਾਸਤੇ ਜਾਂ ਕਸਟਮਰ ਵਾਸਤੇ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਵੀ ਤੁਹਾਡਾ ਆਪਣਾ ਸ਼ੌਂਕ ਹੈ ਤੁਸੀਂ ਆਪਣਾ ਤੁਹਾਡਾ ਟੇਸਟ ਹੁੰਦਾ ਕਿੱਦਾਂ ਦਾ ਸਮਾਨ ਤੁਸੀਂ ਆਪ ਲੈ ਕੇ ਆਉਂਦੇ ਅਤੇ ਕਿੱਦਾਂ ਦੀ ਕਸਟਮਰ ਦੀ ਤੁਸੀਂ ਸਰਵਿਸ ਕਰ ਸਕਦੇ ਹੈ ਦਿਲ ਵਿੱਚ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕਸਟਮਰ ਆ ਕੇ ਕਹਿੰਦਾ ਵੈਸੇ ਸਾਰੇ ਸਟੋਰ ਘੁੰਮੇ ਆਏ ਪਰ ਤੁਹਾਡੇ ਵਰਗਾ ਸਮਾਨ ਕਿਸੇ ਕੋਲ ਨਹੀਂ ਆ ਤਾਂ ਫਿਰ ਦਿਲ ਨੂੰ ਖੁਸ਼ੀ ਹੁੰਦੀ ਹੈ ਅਤੇ ਤੁਹਾਨੂੰ ਪਤਾ ਇੱਥੇ ਲਾਸ ਵੇਗਸ ਸ਼ੋਅ ਲੱਗਦਾ ਬਹੁਤ ਵੱਡਾ ਸ਼ੋਅ ਤਾਂ ਮੈਂ ਉਸ ਸ਼ੋਅ ਵੀ ਅਟੈਂਡ ਕਰਦਾ ਹੋਰ ਵੀ ਬਹੁਤ ਸਾਰੇ ਸ਼ੋਅ ਹੁੰਦੇ ਆ ਅਤੇ ਦੁਨੀਆ ਦੇ ਕੋਨੇ ਕੋਨੇ ਤੋਂ ਲੱਭ ਲੱਭ ਕੇ ਸਮਾਨ ਲੈ ਕੇ ਆਈਦਾ ਅੱਜ ਇਸ ਸੋਫਾ ਸੈੱਟ 'ਤੇ ਆਪਾਂ ਬੈਠੇ ਹਾਂ ਇਹ ਇਟਲੀ ਦਾ ਇਟਾਲੀਅਨ ਲੈਦਰ ਵਿੱਚ ਆ ਇਹਦੇ ਵਿੱਚ ਵੀ 3 ਕਲਰ ਆ ਹੋਰ ਸਾਡੇ ਕੋਲ ਇਟਲੀ ਦਾ ਬਹੁਤ ਸਾਰਾ ਸਮਾਨ ਹੈਗਾ ਮਲੇਸ਼ੀਆ ਤੋਂ ਵੀਅਤਨਾਮ ਤੋਂ ਚਾਈਨਾ ਤੋਂ ਚੁਣ ਕੇ ਸਮਾਨ ਲੈ ਕੇ ਆਈਦਾ ਸਟੋਰ ਜਿਹੜਾ ਸਰੀ ਦੇ ਵਿੱਚ ਸਭ ਤੋਂ ਵੱਡਾ ਬਹੁਤ ਵੱਡੀ ਲੋਕੇਸ਼ਨ ਹੈਗੀ ਆ ਅਪ ਸਟੇਅਰ ਵੀ ਅਤੇ ਡਾਊਨ ਸਟੇਅਰ ਦੋਨਾਂ ਪਾਸੇ ਸਮਾਨ ਇੱਕ ਇੱਕ ਇੰਚ ਜਗ੍ਹਾ ਅਸੀਂ ਘੇਰ ਕੇ ਬੈਠੇ ਹਾਂ ਅਤੇ ਇੱਕ ਹੋਰ ਸਵਾਲ ਮੇਰੇ ਮਨ 'ਚ ਆ ਰਿਹਾ ਕਿ ਮਾਡਰਨ ਅਤੇ ਕਲਾਸਿਕ ਤਾਂ ਅਸੀਂ ਦੇਖ ਰਹੇ ਹਾਂ ਕਿ ਸਾਰੀ ਤਰ੍ਹਾਂ ਦਾ ਫਰਨੀਚਰ ਹੈਗਾ ਪਰ ਮੇਰੇ ਮਨ 'ਚ ਸਵਾਲ ਆ ਰਿਹਾ ਕਿ ਜੇ ਅਸੀਂ ਕਸਟਮ ਲੈਣਾ ਹੋਵੇ ਸਮਟਾਈਮਸ ਤੁਹਾਨੂੰ ਲੱਗਦਾ ਕਿ ਚੌੜਾਈ ਨਹੀਂ ਸਹੀ ਜਾਂ ਤੁਹਾਡੇ ਬੈਡਰੂਮ ਦੇ ਵਿੱਚ ਫਿੱਟ ਨਹੀਂ ਆਉਣਾ ਜਾਂ ਤੁਹਾਡੇ ਲਿਵਿੰਗ ਰੂਮ ਦੇ ਵਿੱਚ ਫਿੱਟ ਨਹੀਂ ਆਉਣਾ ਉਹਦੇ ਵਾਸਤੇ ਤੁਹਾਡੇ ਕੋਲ ਕੀ ਆਪਸ਼ਨਸ ਹੈਗੇ ਆ ਇਹ ਬਹੁਤ ਵੱਡਾ ਕੁਐਸਚਨ ਅਤੇ ਬਹੁਤ ਸੋਹਣਾ ਕੁਐਸਚਨ ਤੁਸੀਂ ਪੁੱਟ ਕੀਤਾ ਆ
ਇੱਥੇ ਜਿਹੜਾ ਆਪਣਾ ਟਾਊਨ ਹਾਊਸ ਅਤੇ ਵੱਡੇ ਘਰ ਮੀਡੀਅਮ ਘਰ ਬਹੁਤ ਸਾਰੇ ਸਰੀ ਦੇ ਵਿੱਚ ਜਿੱਥੇ ਆਪਾਂ ਰਹਿੰਦੇ ਹਾਂ ਇੱਥੇ ਬਹੁਤ ਵੱਡੀ ਡਿਮਾਂਡ ਹੈਗੀ ਆ। ਅਸੀਂ ਅਪਸਟੇਅਰ ਆਪਣੇ ਬਣੇ ਸੋਫੇ ਜਿਹੜੇ ਉਹ ਉੱਤੇ ਡਿਸਪਲੇ ਕੀਤੇ ਆ ਅਤੇ 400 ਤੋਂ ਲੈ ਕੇ 450 ਡਿਫਰੈਂਟ ਤਰ੍ਹਾਂ ਦੀ ਫੈਬਰਿਕ ਹੈਗੀ। ਉਸ ਫੈਬਰਿਕ ਦੇ ਆਪਣੇ ਮਨਪਸੰਦ ਦਾ ਡਿਜ਼ਾਇਨ, ਆਪਣੇ ਮਨਪਸੰਦ ਦੀ ਫੋਮ ਅਤੇ ਆਪਣੇ ਮਨਪਸੰਦ ਦਾ ਫੈਬਰਿਕ ਲੋਕ ਆ ਕੇ ਚੁਣਦੇ ਆ। 3 to 4 ਵੀਕਾਂ ਦੀ ਵੇਟਿੰਗ ਹੁੰਦੀ ਆ, 3 to 4 ਵੀਕਾਂ ਦੇ ਵਿੱਚ ਅਸੀਂ ਅਗਲੇ ਦੇ ਘਰ ਸਮਾਨ ਬਣਾ ਕੇ ਛੱਡ ਦੇਈਦਾ। ਬਹੁਤ ਹੀ ਬਿਊਟੀਫੁਲ ਸੁੰਦਰ ਡਿਜ਼ਾਇਨ ਹੈਗੇ, ਕੱਪੜਾ ਵੀ ਬਹੁਤ ਜ਼ਬਰਦਸਤ ਆ। ਕੱਪੜਾ ਜਿਹੜਾ ਅਸੀਂ ਅਮੈਰੀਕਨ ਵਰਤਦੇ ਹਾਂ, ਬਹੁਤ ਵਧੀਆ ਲੌਂਗ ਲਾਈਫ ਵਾਲੇ ਸੈੱਟ ਆ। ਇਹ ਤਾਂ ਮੇਰਾ ਕੁਐਸਚਨ ਦਾ ਆਨਸਰ ਤੁਸੀਂ ਆਪ ਹੀ ਦਿੱਤਾ ਵੀ ਕਿੰਨੇ ਟਾਈਮ ਦੇ ਡਿਊਰਿੰਗ ਤੁਸੀਂ ਦੇ ਦਿੰਦੇ ਹੈਗੇ ਆ। ਸੋ ਕੋਈ ਵੇਟਿੰਗ ਟਾਈਮ ਵੀ ਹੁੰਦਾ ਔਡਰ ਕਰਨ ਵਾਸਤੇ? ਬਹੁਤ ਸਾਰੇ ਜਿਹੜੇ ਨਾ ਘਰ ਆ ਇੱਥੇ ਬਹੁਤ ਵੱਡੇ ਵੱਡੇ ਘਰ ਆ ਅਤੇ ਅੱਜ ਕੱਲ੍ਹ ਜਿਹੜਾ ਪਹਿਲਾਂ ਲੋਕ ਹੁੰਦੇ ਸੀ ਵੀ ਰਾਈਟ ਵੇ ਜਾਣਾ ਅਤੇ ਸਮਾਨ ਚੁਣ ਲੈਣਾ, ਹੁਣ 3-3 ਮਹੀਨੇ 4-4 ਮਹੀਨੇ ਪਹਿਲਾਂ ਲੋਕ ਆ ਕੇ ਪੈਸੇ ਪੇ ਕਰ ਜਾਂਦੇ ਆ ਵੀ ਅਸੀਂ ਸਾਡਾ ਘਰ 3 ਮਹੀਨਿਆਂ ਨੂੰ ਰੈਡੀ ਹੋਣਾ, ਸਾਡਾ ਘਰ 4 ਮਹੀਨਿਆਂ ਨੂੰ ਰੈਡੀ ਹੋਣਾ, ਤੁਸੀਂ ਸਾਡਾ ਸਮਾਨ ਉਸ ਟਾਈਮ 'ਤੇ ਸਾਡੇ ਘਰ ਛੱਡ ਦੇਣਾ। ਸਾਨੂੰ ਵੀ ਇਸ ਗੱਲ ਈਜ਼ੀ ਹੋ ਜਾਂਦਾ ਵੀ ਜਿਹੜਾ ਕਸਟਮਾਈਜ਼ ਲੋਕ ਕਰਾਉਂਦੇ ਨੇ ਉਹਦੇ ਵਾਸਤੇ ਸਾਨੂੰ 4 ਵੀਕਾਂ ਲੱਗ ਜਾਂਦੀਆਂ ਅਤੇ ਅਸੀਂ ਵੀ ਸਾਰਾ ਸਮਾਨ ਅਗਲੇ ਦਾ ਚੁਣ ਕੇ ਪੂਰਾ ਡੈਕੋਰੇਟ ਕਰਨਾ ਹੁੰਦਾ ਘਰ ਨੂੰ, ਸਾਰਾ ਸਮਾਨ ਰੱਖ ਕੇ ਅਤੇ ਅਸੀਂ ਵੇਅਰ ਹਾਊਸ ਦੇ ਵਿੱਚ ਉਹਨਾਂ ਦੇ ਨਾਂ ਦਾ ਸਟਿੱਕਰ ਲਾ ਦੇਈਦਾ। ਜਦੋਂ ਉਹਨਾਂ ਦਾ ਘਰ ਰੈਡੀ ਹੋ ਜਾਂਦਾ 2-4 ਦਿਨ ਜਦੋਂ ਟੈਲੀਫੋਨ ਪਹਿਲਾਂ ਆਉਂਦਾ ਫਿਰ ਉਸ ਦਿਨ ਜਾ ਕੇ ਸਾਡੇ ਤੁਸੀਂ ਦੇਖਿਆ ਸਾਰੇ ਮੁੰਡੇ ਜਿਹੜੇ ਆ ਬਹੁਤ ਐਕਟਿਵ ਹੈਗੇ ਆ ਅਤੇ ਬਹੁਤ ਐਕਸਪੀਰੀਅੰਸ ਵਾਲੇ ਹੈਗੇ ਆ, ਟਰੱਕ ਦੇ ਵਿੱਚ ਸਮਾਨ ਲੈ ਕੇ ਜਾਂਦੇ ਤੁਸੀਂ ਦੇਖਿਆ, ਬਹੁਤ ਅੱਛੇ ਤਰੀਕੇ ਦੇ ਨਾਲ ਉਹ ਸਾਰੀ ਸੈਟਅਪ ਘਰ ਕਰਕੇ ਆਉਂਦੇ ਆ। ਫਿਰ ਜਿਹੜਾ ਗੱਤੇ ਆ ਨਾ ਉਹ ਲੋਕਾਂ ਨੂੰ ਸਾਂਭਣ ਦੀ ਬਹੁਤ ਪ੍ਰੋਬਲਮ ਹੁੰਦੀ, ਉਹ ਜਿਹੜੀ ਸਾਰੀ ਪੈਕਿੰਗ ਉਹ ਵਾਪਸ ਲੈ ਕੇ ਆਉਣੀ, ਐਨ ਕਲੀਨ ਜੋਬ ਦੇ ਕੇ ਆਈਦੀ ਆ। ਸਾਰੇ ਜਿਹੜੇ ਆ ਸਾਡੇ ਕਸਟਮਰ ਸਾਡੇ ਤੋਂ ਬਹੁਤ ਹੈਪੀ ਆ। ਅਤੇ ਇੱਕ ਮੇਰਾ ਹੋਰ ਸਵਾਲ ਇੱਥੇ ਮੇਰੇ ਦਿਮਾਗ 'ਚ ਆ ਰਿਹਾ ਕਿ ਮੇਨਟੇਨੈਂਸ, ਜਦੋਂ ਤੁਸੀਂ ਕਿਹਾ ਕਿ ਬਹੁਤ ਵਧੀਆ ਗੱਲ ਹੈ ਕਿ ਤੁਸੀਂ ਸਾਰਾ ਸਮਾਨ ਜਿਹੜਾ ਬਚਦਾ ਹੈਗਾ ਗੱਤੇ ਦੇ ਬਾਕਸ ਵਗੈਰਾ ਸਭ ਵਾਪਸ ਲੈ ਕੇ ਆਉਂਦੇ ਹਾਂ, ਅਤੇ ਮੇਨਟੇਨੈਂਸ ਦੀ ਵੀ ਕੋਈ ਗਰੰਟੀ ਹੁੰਦੀ ਆ? ਸਮਟਾਈਮਸ ਕਈ ਕੰਪਲੇਂਟਸ ਆਉਂਦੀਆਂ ਹੈਗੀਆਂ ਫਰਨੀਚਰ ਦੀਆਂ ਕਿ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਕੋਈ ਜੇ ਵੁੱਡ ਹੈ ਤਾਂ ਉਹਦੇ 'ਚ ਕੋਈ ਨੁਕਸ ਹੁੰਦਾ ਜਾਂ ਕੋਈ ਪ੍ਰੋਬਲਮ ਆ ਜਾਂਦੀ ਹੈ ਜਾਂ ਲੈਦਰ ਦੇ ਵਿੱਚ ਆ ਜਾਂਦੀ ਹੈ ਜਾਂ ਕੱਪੜੇ ਦੇ ਵਿੱਚ ਆ ਜਾਂਦੀ ਹੈ, ਉਹਦੇ ਵੀ ਤੁਹਾਡੀ ਕੋਈ ਗਰੰਟੀ ਹੁੰਦੀ ਹੈ? ਜਿਹੜਾ ਸਾਰਾ ਸਮਾਨ ਹੈ ਬੇਸ਼ੱਕ ਕੋਈ 1000 ਵਾਲਾ ਲੈਂਦਾ ਅਤੇ ਭਾਵੇਂ $10,000 ਵਾਲਾ ਹੈ, ਸਾਰੇ ਦੀ ਗਰੰਟੀ 1 ਸਾਲ ਦੀ ਹੁੰਦੀ। ਜਿਹੜਾ ਲੈਦਰ ਹੈ ਇਹ 'ਤੇ ਅਸੀਂ 5 ਸਾਲ ਦੀ ਗਰੰਟੀ ਇੰਸ਼ੋਰੈਂਸ ਕਰਕੇ ਦੇਈਦੀ ਆ, ਤਾਂ ਕਿ ਬੱਚਾ ਨਾਈਫ ਮਾਰ ਦੇਵੇ, ਅੱਗ ਨਾਲ ਨੁਕਸਾਨ ਹੋ ਜਾਵੇ, ਪਾਣੀ ਨਾਲ ਨੁਕਸਾਨ ਹੋ ਜਾਵੇ, ਉਹਨੂੰ ਐਕਸੀਡੈਂਟਲੀ ਕਹਿੰਦੇ, ਉਹ ਐਕਸੀਡੈਂਟਲ ਇੰਸ਼ੋਰੈਂਸ ਨਾਲ ਕਰ ਦੇਈਦੀ ਆ। ਤਾਂ ਫਿਰ ਇੱਕ ਮੈਂ ਤੈਨੂੰ ਹੋਰ ਸਭ ਤੋਂ ਵੱਡੀ ਗੱਲ ਦੱਸਦਾ, ਜਿਹੜੀ ਮੈਟਰਸ ਹੈਗੇ ਆ, ਮੈਟਰਸ ਅਸੀਂ ਆਪ ਡਿਜ਼ਾਇਨ ਕੀਤੇ 3 ਤਰ੍ਹਾਂ ਦੇ, ਮੀਡੀਅਮ, ਸਾਫਟ ਅਤੇ ਹਾਰਡ ਵਾਲੇ। ਆਪਣੇ ਲੋਕ ਜਿਹੜੇ ਆ ਬਹੁਤ ਸਾਰੇ ਕਸਟਮਰ ਜਿਹੜੇ ਉਹ ਹਾਰਡ ਮੈਟਰਸ ਮੰਗਦੇ ਆ। ਜਿਹੜਾ ਮੈਟਰਸ ਅਸੀਂ ਡਿਜ਼ਾਇਨ ਕੀਤਾ ਉਹਦੀ 15 ਸਾਲ ਦੀ ਗਰੰਟੀ ਹੈਗੀ ਹੈ। 15 ਸਾਲਾਂ ਵਿੱਚ ਜੇ ਸਪਰਿੰਗ ਟੁੱਟ ਜਾਵੇ, ਆਵਾਜ਼ ਆਉਣ ਲੱਗ ਪਵੇ, ਟੋਆ ਪੈ ਜਾਵੇ, ਅਸੀਂ ਮੈਟਰਸ ਜਿਹੜਾ ਉਹ ਐਕਸਚੇਂਜ ਕਰਦੇ ਹਾਂ, ਨਾ ਕਿ ਰਿਪੇਅਰ ਕਰਦੇ। ਜਿਹੜਾ ਪੁਰਾਣਾ ਮੈਟਰਸ ਚੱਕ ਲਈਦਾ, ਨਵਾਂ ਅਗਲੇ ਦੇ ਘਰ ਛੱਡ ਦੇਈਦਾ। 15 ਸਾਲਾਂ ਦੀ ਪੂਰੀ ਗਰੰਟੀ ਆ। ਅੱਜ ਤੱਕ ਕੋਈ ਇੱਦਾਂ ਦੀ ਕੰਪਲੇਂਟ ਨਹੀਂ ਆਈ ਕਿ ਸਾਨੂੰ ਮੈਟਰਸ ਚੱਕਣਾ ਪਿਆ ਹੋਵੇ ਅਤੇ ਅਗਲੇ ਨੂੰ ਨਵਾਂ ਦੇਣਾ ਪਿਆ ਹੋਵੇ। ਬਹੁਤ ਵਧੀਆ ਕੁਆਲਿਟੀ ਦਾ ਸਾਡਾ ਸਮਾਨ ਹੈ, ਬਹੁਤ ਵਧੀਆ ਕੁਆਲਿਟੀ ਦੇ ਮੈਟਰਸ ਆ। ਹਰ ਤਰ੍ਹਾਂ ਦਾ ਜਿੰਨੇ ਵੀ ਕਿਸੇ ਨੇ ਪੈਸੇ ਖਰਚ ਕਰਨੇ ਆ, ਜੇ ਥੋੜ੍ਹੇ ਅਮਾਊਂਟ ਵਾਲਾ ਚਾਹੀਦਾ ਥੋੜ੍ਹੇ ਅਮਾਊਂਟ ਵਾਲਾ ਹੈਗਾ, ਮੀਡੀਅਮ ਅਤੇ ਹਾਈ, ਬਹੁਤ ਹੀ ਵਧੀਆ ਕੁਆਲਿਟੀ ਦਾ ਸਮਾਨ ਹੈ। ਸਾਡਾ ਨਾਮ ਵੀ ਜਿਹੜਾ ਉਹ ਡਾਇਰੈਕਟ ਕਰਕੇ ਆ, ਡਾਇਰੈਕਟ ਆਉਂਦੇ ਆ, ਡਾਇਰੈਕਟ ਡੀਲ ਲੈ ਕੇ ਜਾਂਦੇ ਆ, ਨਾ ਕੋਈ ਓਲਾ ਨਾ ਕੋਈ ਵਿਚੋਲਾ, ਅਤੇ ਅਸੀਂ ਆਪ ਹੀ ਹੈਗੇ, ਘਰ ਦੀ ਫੈਮਿਲੀ ਆ, ਅਤੇ ਬਹੁਤ ਹੀ ਵਧੀਆ ਜ਼ਬਰਦਸਤ ਸਾਡਾ ਸੈੱਟ ਹੈਗੇ ਆ, ਅਤੇ ਅਸੀਂ ਆਪ ਸਵੇਰ ਤੋਂ ਲੈ ਕੇ ਸ਼ਾਮ ਤੱਕ 7 ਦਿਨ ਆਪ ਹੀ ਕੰਮ ਕਰਦੇ ਹਾਂ। ਥੈਂਕ ਯੂ ਸੋ ਮੱਚ ਇੰਨਾ ਕੁਛ ਦੱਸਣ ਵਾਸਤੇ, ਅਤੇ ਹੁਣ ਮੈਨੂੰ ਲੱਗਦਾ ਮੈਨੂੰ ਵੀ ਇੱਕ ਅੱਧੀ ਚੀਜ਼ ਡੀਲ ਮਿਲ ਹੀ ਜਾਣੀ ਆ। ਸੋ ਸੇਲਸ, ਮੇਰਾ ਲਾਸਟ ਕੁਐਸਚਨ ਹੈ ਕਿ ਸੇਲਸ, ਹਾਊ ਆਫਨ ਯੂ ਹੈਵ ਸੇਲਸ? ਜਿਹੜਾ ਸੈਚਰਡੇ ਸੰਡੇ ਹੁੰਦੀ ਆ ਸੇਲ, ਸਾਡੇ ਸਪੈਸ਼ਲ ਪ੍ਰਾਈਜ਼ ਜਿਹੜੀ ਹੁੰਦੀ ਆ, ਲੋਕ ਬਹੁਤ ਬਾਹਰਲੇ ਟਾਊਨਾਂ ਤੋਂ ਵੀ ਆਉਂਦੇ ਆ, ਦੂਰ ਦੂਰ ਤੱਕ ਸਾਡਾ ਸਮਾਨ ਜਾਂਦਾ, ਕ੍ਰੋਸ ਦਾ ਬੋਰਡਰ ਜਿਹੜਾ ਅਮਰੀਕਾ ਆ ਇੱਥੋਂ ਸਾਡੇ ਕੋਲ ਸੈਟਲ ਤੱਕ ਲੋਕ ਆਉਂਦੇ ਆ ਲੈ ਕੇ ਜਾਂਦੇ ਆ ਸਮਾਨ, ਕਿਉਂਕਿ ਅਮਰੀਕਨ ਡਾਲਰ ਅਤੇ ਕੈਨੇਡੀਅਨ ਡਾਲਰ ਦਾ ਬਹੁਤ ਵੱਡਾ ਫਰਕ ਹੋ ਗਿਆ। ਅੱਗੇ ਸਾਡੇ ਲੋਕ ਉੱਧਰ ਨੂੰ ਸਮਾਨ ਲੈਣ ਵਾਸਤੇ ਜਾਂਦੇ ਸਨ, ਉਹ ਲੈਣ ਵਾਸਤੇ ਆਉਂਦੇ ਆ ਸਾਡੇ ਕੋਲ, ਵਿਕਟੋਰੀਆ ਤੋਂ ਸਾਡੇ ਬਹੁਤ ਕਸਟਮਰ ਹੈਗੇ ਆ। ਤੋ ਇਸ ਕਰਕੇ ਜਿਹੜਾ ਵੀ ਦੂਰੋਂ ਆਉਂਦਾ ਆ ਸਾਡੇ ਕੋਲ ਖੁਸ਼ ਹੋ ਕੇ ਜਾਂਦਾ ਹੈ, ਕੁਆਲਿਟੀ ਵਾਈਜ਼, ਪ੍ਰਾਈਜ਼ ਵਾਈਜ਼, ਹਰ ਚੀਜ਼ ਜਿਹੜੀ ਆ ਉਹ ਅਗਲਾ ਸੈਟਿਸਫਾਈਡ ਹੋ ਕੇ ਜਾਂਦਾ।
ਜੀ ਅਸੀਂ ਵੀ ਹੋਪ ਕਰਦੇ ਹਾਂ ਕਿ ਅਸੀਂ ਵੀ ਆਉਂਦੇ ਰਹੀਏ ਅਤੇ ਕਸਟਮਰ ਵੀ ਤੁਹਾਡੇ ਕੋਲ ਆਉਂਦੇ ਰਹਿਣ ਅਤੇ ਮੈਂ ਦੇਖ ਸਕਦੀ ਹਾਂ ਕਿ ਤੁਹਾਡੀ ਵਧੀਆ ਵਰਾਇਟੀ ਹੈਗੀ ਹੈ, ਸਾਰਾ ਕੁਛ ਵਧੀਆ. ਸੋ ਸਭ ਤੋਂ ਵਧੀਆ ਗੱਲ ਇਹ ਕਿ ਤੁਸੀਂ ਕਿਹਾ ਫੈਮਲੀ ਬਿਜ਼ਨਸ ਹੈ, ਇੱਕ ਤੁਸੀਂ ਮਿਸਾਲ ਸੈੱਟ ਕੀਤੀ ਹੋਈ ਹੈਗੀ ਹੈ ਔਰ ਬਾਕੀ ਕਮਿਊਨਿਟੀ ਵਾਸਤੇ ਵੀ ਕਿ ਫੈਮਲੀ ਓਨਡ ਬਿਜ਼ਨਸ ਹੈ ਅਤੇ ਤੁਸੀਂ ਵਧੀਆ ਕੰਮ ਕਰਦੇ ਹੋ. ਸੋ ਇਨਸ਼ਾਅੱਲਾ ਤੁਸੀਂ ਇੱਦਾਂ ਹੀ ਕਰਦੇ ਰਹੋ. ਜਿਹੜਾ ਸਾਂਝਾ ਟੀ ਵੀ ਪ੍ਰੋਗਰਾਮ ਤੁਸੀਂ ਚਾਲੂ ਕੀਤਾ, ਅਸੀਂ ਲੋਕਾਂ ਕੋਲੋਂ ਸੁਣਦੇ ਹਾਂ ਅਤੇ ਉਹ ਪ੍ਰੋਗਰਾਮ ਬਹੁਤ ਵਧੀਆ ਦਿੰਦੇ ਆ ਅਤੇ ਤੁਹਾਡੀ ਜਿਹੜੀ ਆ ਸਰਵਿਸ ਉਹ ਮੈਂ ਦੇਖਿਆ ਬਹੁਤ ਵਧੀਆ. ਅਸੀਂ ਕਿਸੇ ਦੇ ਘਰ ਬੈਠੇ ਸੀ, ਉਹਨਾਂ ਨੇ ਮੈਨੂੰ ਦੱਸਿਆ ਕਿ ਤੁਹਾਡੀ ਐਡ ਜਿਹੜੀ ਆ ਹਰ ਘੰਟੇ ਬਾਅਦ ਆ ਜਾਂਦੀ ਹੈ. ਬਈ ਮੈਨੂੰ ਲੱਗਦਾ ਵੀ ਤੁਸੀਂ 30-35 ਵਾਰੀ ਐਡ ਦਿੰਦੇ ਆ. ਮੈਂ ਕਿਹਾ ਉਹਨਾਂ ਨਾਲ ਸਾਡਾ ਬਹੁਤ ਪਿਆਰ ਆ, ਉਹ ਸਾਡੀ ਐਡ ਜਿਹੜੀ ਐਕਸਟਰਾ ਕਰਦੇ ਆ, ਅਸੀਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਪ੍ਰੋਗਰਾਮ ਦੇਖਣ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ. ਤੁਸੀਂ ਸਾਡੀ ਬਹੁਤ ਸਪੋਰਟ ਕਰਦੇ ਹੋ. ਸਾਂਝਾ ਟੀ ਵੀ ਵਾਲੇ ਸਾਰੀ ਜਿਹੜੀ ਆਪਣੀ ਟੀਮ ਹੈਗੀ ਆ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ. ਸ਼ਰਮਾ ਜੀ ਤੁਹਾਨੂੰ ਪਤਾ ਕਿੰਨੀ ਸੋਹਣੀ ਮੂਵੀ ਬਣਾਉਂਦੇ ਆ ਅਤੇ ਇਸ ਕਰਕੇ ਸ਼ਰਮਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈਗਾ. ਥੈਂਕ ਯੂ ਸਾਡੇ ਨਾਲ ਗੱਲ ਕਰਨ ਵਾਸਤੇ. ਸੋ ਡਾਇਰੈਕਟ ਫਰਨੀਚਰ ਦੇ ਓਨਰ ਨਾਲ ਗੱਲ ਹੋ ਰਹੀ ਸੀਗੀ, ਸੂਰੀ ਸਾਹਿਬ ਨਾਲ ਗੱਲ ਹੋ ਰਹੀ ਸੀ. ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਦੱਸੀਆਂ ਇਹਨਾਂ ਨੇ ਫਰਨੀਚਰ ਦੇ ਬਾਰੇ, ਸਾਡੀ ਵੀ ਤਾਰੀਫ ਕਰ ਦਿੱਤੀ ਹੈ, ਸਾਡੇ ਕੈਮਰਾ ਪਰਸਨ ਦੀ ਵੀ ਤਾਰੀਫ ਕਰ ਦਿੱਤੀ ਹੈ. ਸੋ ਹੁਣ ਇਹਨਾਂ ਨੇ ਹੁਣੇ ਹੁਣੇ ਜ਼ਿਕਰ ਕੀਤਾ ਕਿ ਇਹਨਾਂ ਦੀ ਸੈਕਿੰਡ ਫਲੋਰ ਹੈ ਜਿੱਥੇ ਇਹਨਾਂ ਨੇ ਡਿਸਪਲੇ ਕੀਤੀ ਹੈ, ਤੁਹਾਨੂੰ ਉਹਦਾ ਵੀ ਜ਼ਰੂਰ ਟੂਰ ਲਵਾਉਂਗੀ ਮੈਂ. ਅਤੇ ਹੁਣ ਤੁਸੀਂ ਇੱਕ ਵਾਰੀ ਜਾ ਕੇ ਹੋਰ ਦੇਖ ਲਓ ਅਤੇ ਮੈਂ ਵੀ ਦੇਖਾਂ ਕਿ ਮੈਂ ਆਪਣੇ ਘਰ ਨੂੰ ਕਿਹੜਾ ਸੋਫਾ ਲੈ ਕੇ ਜਾਣਾ ਆ. ਸੋ ਦੇਖੋ ਤੁਸੀਂ ਟੂਰ ਲਾ ਕੇ ਆਓ ਅਤੇ ਮੈਂ ਤੁਹਾਨੂੰ ਜਲਦੀ ਮਿਲਦੀ ਹਾਂ. ਵਾਓ, ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਬਹੁਤ ਸੋਹਣਾ ਇਹਨਾਂ ਦਾ ਸ਼ੋਰੂਮ ਆ, ਵਧੀਆ ਵਧੀਆ ਇਹਨਾਂ ਦੇ ਕੋਲ ਪੀਸਿਸ ਪਏ ਹੈਗੇ ਆ. ਮੈਨੂੰ ਤਾਂ ਸਾਰੇ ਹੀ ਵਧੀਆ ਲੱਗੀ ਜਾਂਦੇ, ਜੇ ਮੈਂ ਇੱਕ ਦੇਖਦੀ ਹਾਂ ਤਾਂ ਫਿਰ ਮੇਰਾ ਮੂਡ ਬਦਲ ਜਾਂਦਾ, ਮੈਂ ਦੂਜਾ ਲੈ ਲਵਾਂ. ਪਰ ਇਹਨਾਂ ਕੋਲ ਸਾਰਾ ਕੁਛ ਆਲ ਇਨਕਲੂਸਿਵ ਸਾਰਾ ਕੁਛ ਹੈਗਾ. ਤੁਸੀਂ ਇਹਦੇ ਨਾਲ ਸੋਫੇ ਦੇ ਨਾਲ ਮੈਚਿੰਗ ਤੁਸੀਂ ਆਪਦਾ ਸਾਈਡ ਟੇਬਲ ਲੈ ਸਕਦੇ ਹਾਂ, ਕੌਫੀ ਟੇਬਲ ਲੈ ਸਕਦੇ ਹਾਂ ਅਤੇ ਏਰੀਆ ਰੱਗ ਲੈ ਸਕਦੇ ਹਾਂ ਨਾਲ ਮੈਚਿੰਗ. ਸਾਰਾ ਕੁਛ ਇੱਕ ਥਾਂ 'ਤੇ ਮੈਚ ਕਰਕੇ ਅਤੇ ਘਰੇ ਲੈ ਜਾਓ, ਕਿਉਂਕਿ ਇੰਨਾ ਟਾਈਮ ਕਿਸੇ ਕੋਲ ਨਹੀਂ ਹੈਗਾ ਕਿ ਇੱਕ ਇੱਕ ਚੀਜ਼ ਤੁਸੀਂ ਘਰ ਦੀ ਜਾ ਕੇ ਲੈ ਕੇ ਆਓ. ਤਾਂ ਪਰ ਇੱਥੇ ਤੁਸੀਂ ਇੱਕ ਵਾਰੀ ਆਉਣਾ ਆ ਆਪਦਾ ਟਾਈਮ ਜਿੰਨਾ ਲਾਉਣਾ ਲਾ ਕੇ ਅਤੇ ਸਾਰਾ ਕੁਛ ਆਪਦੇ ਘਰ ਇਹ ਡਿਲੀਵਰ ਕਰਕੇ, ਜਿਵੇਂ ਕਿ ਸੂਰੀ ਸਾਹਿਬ ਨੇ ਦੱਸਿਆ ਕਿ ਸਾਰਾ ਕੁਛ ਉੱਥੇ ਰੱਖ ਕੇ, ਸਾਰਾ ਕੁਛ ਕਲੀਨ ਕਰਕੇ, ਸਟੇਜਿੰਗ ਕਰਕੇ, ਸਭ ਕੁਛ ਕਰਕੇ ਫਿਰ ਵਾਪਸ ਆਉਂਦੀ ਹੈ ਇਹਨਾਂ ਦੀ ਟੀਮ. ਅਤੇ ਹੁਣ ਇਹਨਾਂ ਨੇ ਜਿਵੇਂ ਮੈਂ ਕਿਹਾ ਸੀ ਕਿ ਉੱਪਰ ਵਾਲੀ ਫਲੋਰ 'ਤੇ ਲੈ ਕੇ ਚੱਲੀ ਹਾਂ ਮੈਂ ਤੁਹਾਨੂੰ, ਉੱਪਰ ਵਾਲੀ ਫਲੋਰ ਜਿਹੜੀ ਹੈਗੀ ਆ ਉੱਥੇ ਇਹਨਾਂ ਦੇ ਜਿਹੜੇ ਡਿਜ਼ਾਇਨ ਕੀਤੇ ਹੋਏ ਕਸਟਮ ਸੋਫੇ ਰੱਖੇ ਹੋਏ ਆ. ਉੱਥੇ ਇਹਨਾਂ ਦੇ ਕੋਲ ਡਿਫਰੈਂਟ ਤਰ੍ਹਾਂ ਦੇ ਮਟੀਰੀਅਲ ਹੈ, ਡਿਫਰੈਂਟ ਤਰ੍ਹਾਂ ਦਾ ਇਹਨਾਂ ਦੇ ਕੋਲ ਕਲਰ ਹੈਗੇ ਆ ਸਾਰੀਆਂ ਚੀਜ਼ਾਂ ਦੇ, ਤਾਂ ਉਹ ਵੀ ਆਪਾਂ ਦੇਖਦੇ ਹਾਂ. ਅਤੇ ਚਲੋ ਉੱਪਰ ਚੱਲਦੇ ਹਾਂ ਹੁਣ. ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਆ ਇਹਨਾਂ ਦੇ ਕੋਲ ਆਰਟ ਪੀਸਿਸ ਵੀ ਪਏ ਹੈਗੇ ਆ, ਉਹ ਵੀ ਤੁਸੀਂ ਨਾਲ ਲੈ ਸਕਦੇ ਹਾਂ, ਕਿਉਂਕਿ ਘਰ ਨੂੰ ਤਾਂ ਜਿੰਨਾ ਸਜਾ ਲਓ ਉਨਾ ਹੀ ਥੋੜ੍ਹਾ ਹੁੰਦਾ ਆ. ਸੋ ਹੁਣ ਆਪਾਂ ਉੱਪਰ ਜਾ ਰਹੇ ਹਾਂ, ਉੱਪਰ ਇਹਨਾਂ ਦੇ ਜਿਹੜੇ ਹੈਗੇ ਆ ਕਸਟਮਰ ਸੋਫੇ ਹੈਗੇ ਆ, ਕਸਟਮ ਸੋਫੇ ਬਣੇ ਹੋਏ, ਉਹ ਦੇਖਦੇ ਹਾਂ. ਆਓ ਇਹਨਾਂ ਦਾ ਉੱਪਰ ਵੀ ਟੂਰ ਲਵਾ ਕੇ ਆਉਂਦੇ ਹਾਂ ਤੁਹਾਨੂੰ. ਲੈਟਸ ਗੋ ਇਨਸਾਈਡ. ਜਿਵੇਂ ਕਿ ਸੂਰੀ ਸਾਹਿਬ ਨੇ ਆਪਾਂ ਨੂੰ ਦੱਸਿਆ ਸੀ ਕਿ ਇਹਨਾਂ ਕੋਲ ਡਿਫਰੈਂਟ ਤਰ੍ਹਾਂ ਦਾ ਫੈਬਰਿਕ ਹੈਗਾ, ਡਿਫਰੈਂਟ ਤਰ੍ਹਾਂ ਦੇ ਜਿਹੜੇ ਹੈਗੇ ਆ ਸੋਫੇ ਡਿਜ਼ਾਇਨ ਕਰਦੇ ਆ ਕਸਟਮ, ਅਤੇ ਉਹਨਾਂ ਦਾ ਜਿਹੜਾ ਜਿੰਨੀ ਤਰ੍ਹਾਂ ਦਾ ਵੀ ਹੈਗਾ ਉਹ ਵੀ ਪੁੱਛਦੇ ਆ ਕਿੰਨੇ ਟਾਈਪ ਦੇ ਸੋਫਿਆਂ ਦੇ ਕਲਰ ਇਹਨਾਂ ਕੋਲ ਅਵੇਲੇਬਲ ਆ. ਸੋ ਸੂਰੀ ਸਾਹਿਬ, ਤੁਸੀਂ ਦੱਸਿਆ ਸੀ ਕਿ ਤੁਹਾਡੇ ਕੋਲ ਕਸਟਮ ਬਣਾ ਕੇ ਤੁਸੀਂ ਵੇਚਦੇ ਹੈਗੇ ਆ ਅਤੇ ਸਾਰੇ ਕਲਰ ਹੈਗੇ ਆ, ਸੋ ਕਿੰਨੇ ਤਰ੍ਹਾਂ ਦੇ ਕਲਰ ਜਿਹੜੇ ਹੈਗੇ ਕਸਟਮ ਬਣਵਾ ਸਕਦੇ ਆ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਅੱਜ ਕੱਲ੍ਹ ਸਾਰੇ ਆਪਣੇ ਆਪਣੇ ਮਨਪਸੰਦ ਦਾ ਸੋਫਾ ਸੈੱਟ ਚੁਣਨ ਵਾਸਤੇ ਆਉਂਦੇ ਆ. ਇਸੇ ਕਰਕੇ ਕਹੀਦਾ ਵੀ ਡਾਇਰੈਕਟ ਆਓ, ਡਾਇਰੈਕਟ ਡੀਲ ਲੈ ਕੇ ਜਾਓ ਅਤੇ ਆਪਣੀ ਮਨਪਸੰਦ ਦਾ ਸੋਫਾ ਸੈੱਟ ਬਣਾਉਣ ਵਾਸਤੇ ਸਾਡੇ ਕੋਲ ਪਹੁੰਚੋ. ਸਾਡੇ ਕੋਲ ਆ ਦੇਖੋ 450 ਤਰ੍ਹਾਂ ਦੀ ਇਹ ਆਪਣੇ ਕੋਲ ਫੈਬਰਿਕ ਪਈ ਆ, ਸਾਰੇ ਤਰ੍ਹਾਂ ਦੀ. ਜੇ ਕਿਸੇ ਨੇ ਪਲੇਨ ਲੈਣਾ ਪਲੇਨ ਲੈ ਸਕਦੇ, ਪ੍ਰਿੰਟਡ ਲੈਣੇ ਆ ਦੇਖੋ ਸਾਰੇ ਪ੍ਰਿੰਟ ਪਏ ਆ, ਪ੍ਰਿੰਟ ਲੈ ਸਕਦੇ ਆ. ਬਹੁਤ ਤਰ੍ਹਾਂ ਦੇ ਆਪਣੇ ਕੋਲ ਆਹ ਸਾਰੀ ਜਿਹੜੀ ਆਹ ਫੈਬਰਿਕ ਆ ਬਹੁਤ ਸਾਰੇ ਆ, ਜਿੱਦਾਂ ਦੇ ਮਰਜ਼ੀ ਆਪਾਂ ਫੈਬਰਿਕ ਲੈ ਸਕਦੇ, ਇਹਨਾਂ ਵਿੱਚੋਂ ਆਪਣੀ ਮਨਪਸੰਦ ਦਾ ਫੈਬਰਿਕ ਆ ਕੇ ਚੁਣ ਸਕਦੇ ਹੋ. ਜਿਹੜਾ ਸੋਫਾ ਸੈੱਟ ਇਹ ਸਾਡਾ ਬਣਿਆ ਇਹਦੀ ਟਫਟਡ ਬੈਕ ਹੈਗੀ ਹੈ. ਜੇ ਕੋਈ ਕਹਿੰਦਾ ਪਲੇਨ ਲੈਣਾ ਪਲੇਨ ਲੈ ਸਕਦਾ, ਜੇ ਟਫਟਡ ਕਰਾਉਣਾ ਟਫਟਡ ਕਰਾਉਣਾ ਉਹ ਕਰਾ ਸਕਦਾ, ਜਾਂ ਕੋਈ ਕਹਿੰਦਾ ਇੱਕ ਸੋਫਾ ਦੋ ਚੇਅਰਾਂ ਬਣਾਉਣੀਆਂ ਇੱਦਾਂ ਲੈ ਸਕਦੇ ਹਾਂ, ਜਾਂ ਚੇਜ਼ ਦੇਖੋ ਨਾਲ ਕਿੰਨੀ ਸੋਹਣੀ ਚੇਜ਼ ਪਈ ਹੈ ਅਤੇ ਨਾਲ ਦੇ ਮੈਚਿੰਗ ਕਰਦੇ, ਜਿੱਦਾਂ ਆਹ ਆਪਣੇ ਕੁਸ਼ਨ ਹੈ ਨਾ ਉਹਦੇ ਨਾਲ ਮੈਚ ਕਰਦੀ, ਇਹਨਾਂ ਨੇ ਚੇਜ਼ ਬਣਾ ਰੱਖੀ ਹੈ. ਇਸ ਤਰ੍ਹਾਂ ਆਪਣੀ ਮਨਪਸੰਦ ਦਾ ਡਿਜ਼ਾਇਨ ਕਿਸੇ ਤਰ੍ਹਾਂ ਦਾ ਵੀ ਆ ਕੇ ਬਣਵਾ ਸਕਦੇ ਹਾਂ. 450 ਤਰ੍ਹਾਂ ਦੀ ਫੋਮ ਆ. ਹਾਂ, ਸਭ ਤੋਂ ਵੱਡੀ ਗੱਲ ਜਿਹੜੀ ਉਹ ਹੈਗੀ ਇਹਦੀ ਗਰੰਟੀ ਦੀ, ਇਹਦਾ ਜਿਹੜਾ ਫਰੇਮ ਆ ਤੇ ਇਹਦੇ ਅੰਦਰ ਜਿਹੜੇ ਸਪਰਿੰਗ ਪਏ ਆ ਉਹਨਾਂ ਦੀ ਅਸੀਂ ਲਾਈਫ ਟਾਈਮ ਗਰੰਟੀ ਦਿੰਦੇ ਹਾਂ. ਲਾਈਫ ਟਾਈਮ ਜੇ ਕਿਤੇ ਸਪਰਿੰਗ ਟੁੱਟ ਗਿਆ ਜਾਂ ਇਹਦੇ ਅੰਦਰੋਂ ਫਰੇਮ ਹਿੱਲ ਗਿਆ, ਫਰੀ ਸਰਵਿਸ, ਨੋ ਚਾਰਜ,
ਲਾਈਫ ਟਾਈਮ ਗਰੰਟੀ ਹੈ ਕਿਉਂਕਿ ਸਾਨੂੰ ਪਤਾ ਆਪਣੇ ਬਣੇ ਸਟਰੋਂਗ ਬਣੇ ਸੋਲਿਡ ਬਣੇ ਲਾਈਫ ਟਾਈਮ ਗਰੰਟੀ ਕਿਤੇ ਮਿਲੀ ਆ ਕਿਤੇ ਮੈਨੂੰ ਤਾਂ ਕਦੇ ਨਹੀਂ ਮਿਲੀ ਸੋ ਮੈਨੂੰ ਤਾਂ ਇੱਥੇ ਆ ਕਿ ਮਿਲੀ ਆ ਲਾਈਫ ਟਾਈਮ ਗਰੰਟੀ ਜੇ ਤੁਸੀਂ ਇੱਦਾਂ ਦੇ ਸੋਫੇ ਆਰਡਰ ਕਰਦੇ ਆ ਸੋ ਇੱਕ ਕੁਐਸਚਨ ਇਹ ਸੀ ਕਿ ਫੋਮ ਜਿੱਦਾਂ ਤੁਸੀਂ ਕਿਹਾ ਸੋ ਇੱਕ ਮੀਡੀਅਮ ਹੁੰਦੀ ਆ ਹਾਰਡ ਹੁੰਦੀ ਆ ਸੋਫਟ ਹੁੰਦੀ ਆ ਉਹ ਕਿਸੇ ਵੀ ਤਰ੍ਹਾਂ ਦੀ ਪਵਾ ਸਕਦੇ ਕਿਸੇ ਤਰ੍ਹਾਂ ਦੀ ਵੀ ਪਵਾ ਸਕਦੇ ਇਹ ਆਪਣੇ ਕੋਲ ਸਾਰੇ ਤਰ੍ਹਾਂ ਦੀ ਹੈਗੀ ਆ ਇਹ ਫੋਮ ਜਿਹੜੀ ਆ ਇਹ ਲੌਂਗ ਲਾਈਫ ਵਾਲੀ ਆਪਣੇ ਲੋਕ ਸਪੈਸ਼ਲ ਜਿਹੜੇ ਆਉਂਦੇ ਉਹ ਕਹਿੰਦੇ ਹਾਰਡ ਫੋਮ ਚਾਹੀਦੀ ਹੈ ਆਪਣੇ ਕੋਲ ਹਾਰਡ ਵੀ ਹੈਗੇ ਮੀਡੀਅਮ ਹੈ ਸੋਫਟ ਹੈ ਜਿੱਦਾਂ ਦੀ ਮਰਜ਼ੀ ਆ ਕੇ ਪਵਾ ਸਕਦੇ ਤੁਸੀਂ ਦੇਖੋਗੇ ਆ ਉੱਪਰ ਉਹ ਲਿਖਿਆ ਆ ਸਾਰਾ ਕੁਛ ਆਪਣਾ ਇਹ ਬੀ ਸੀ ਦੇ ਵਿੱਚ ਬਣਿਆ ਤੁਸੀਂ ਦੇਖੋਗੇ ਦੂਰ ਦੂਰ ਤੱਕ ਸੋਫੇ ਪਏ ਆ ਭਾਅ ਜੀ ਤੁਹਾਨੂੰ ਦਿਖਾਉਣਗੇ ਬਹੁਤ ਸਾਰੇ ਸੋਫੇ ਪਏ ਜਿਹੜੇ ਆਪਣੇ ਬਣੇ ਆ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਡਿਜ਼ਾਇਨ ਹੈਗੇ ਇਸੇ ਕਰਕੇ ਕਹੀਦਾ ਡਾਇਰੈਕਟ ਆਓ ਡਾਇਰੈਕਟ ਡੀਲ ਲੈ ਕੇ ਜਾਓ ਅਤੇ ਨਾਲ ਆਪਣਾ ਜਿਹੜਾ ਸਟੋਰ ਹੈਗਾ ਉਹ 132-76 ਦੇ ਕੋਰਨਰ 'ਤੇ ਆ 131-47-76 ਐਵਨਿਊ ਸਰੀ ਵਿੱਚ ਅਸੀਂ ਹੈਗੇ ਹਾਂ ਟੈਲੀਫੋਨ ਨੰਬਰ 604-572-5553 'ਤੇ ਅਸੀਂ ਹੈਗੇ ਹਾਂ ਕਿਸੇ ਨੂੰ ਵੀ ਕਾਲ ਕਰਨਾ ਹੋਵੇ ਦੂਰੋਂ ਦਰਾਡਿਓਂ ਵੀ ਆਉਣਾ ਹੋਵੇ ਬਹੁਤ ਸਾਰੇ ਲੋਕ ਬਾਹਰਲੀਆਂ ਟੌਨਾਂ ਤੋਂ ਆਉਂਦੇ ਆ ਉਹਨਾਂ ਨੂੰ ਪਤਾ ਨਹੀਂ ਹੁੰਦਾ ਐਡਰੈਸ ਦਾ ਸਾਡਾ ਐਡਰੈਸ ਜਿਹੜਾ ਸਾਡੇ ਔਨਲਾਈਨ ਵੀ ਜਾ ਕੇ ਦੇਖ ਸਕਦੇ ਹਾਂ ਸਾਡੀ ਲੋਕੇਸ਼ਨ ਬਾਰੇ ਤੁਸੀਂ ਪਤਾ ਕਰ ਸਕਦੇ ਹੋ ਸਭ ਤੋਂ ਵੱਡੀ ਗੱਲ ਜਿਹੜੀ ਹੁੰਦੀ ਆ ਉਹ ਤੁਹਾਡੀ ਹੁੰਦੀ ਆ ਜਿਹੜੀ ਵੈਲਿਊਜ ਉਹ ਵੈਰੀ ਇੰਪੋਰਟੈਂਟ ਆ ਤੁਹਾਨੂੰ ਪਤਾ ਸਰਵਿਸ ਵੱਲੋਂ ਨੰਬਰ 1 ਸਟੋਰ ਹੈ ਸਰੀ ਦੇ ਵਿੱਚ ਲੋਕੇਸ਼ਨ ਵੀ ਸਭ ਤੋਂ ਵੱਡੀ ਆ ਨੰਬਰ 1 ਲੋਕੇਸ਼ਨ ਆ ਨੰਬਰ 1 ਸਰਵਿਸ ਹੈਗੀ ਆ ਕੋਈ ਪ੍ਰੋਬਲਮ ਨਹੀਂ ਆ ਸਕਦੀ ਜਿਹੜਾ ਸਾਡੇ ਕੋਲੋਂ ਇੱਕ ਵਾਰੀ ਸਮਾਨ ਲੈ ਜਾਂਦਾ ਉਹ ਮੁੜ ਕੇ ਹੋਰ ਕਿਸੇ ਸਟੋਰ ਵੱਲ ਨੂੰ ਮੂਵ ਨਹੀਂ ਕਰਦਾ ਥੈਂਕ ਯੂ ਸੋ ਮੱਚ ਸੋ ਜਿਵੇਂ ਕਿ ਇਹਨਾਂ ਨੇ ਦੱਸਿਆ ਕਿ ਮੈਨੂੰ ਤਾਂ ਮੈਨੂੰ ਲੱਗਦਾ ਦੱਸਣ ਦੀ ਲੋੜ ਹੀ ਨਹੀਂ ਹੈਗੀ ਸੋ ਐਡਰੈਸ ਤੁਸੀਂ ਨੋਟ ਕਰ ਲਿਆ ਹੋਣਾ ਆ ਪਰ ਤੁਸੀਂ ਥੱਲੇ ਸਕਰੋਲਰ ਚੱਲਦਾ ਉਹਦੇ ਤੋਂ ਵੀ ਐਡਰੈਸ ਨੋਟ ਕਰ ਸਕਦੇ ਹੈਗੇ ਆ ਤੋ ਤੁਸੀਂ ਉੱਪਰ ਦਾ ਜਿਹੜਾ ਗੇੜਾ ਲਾਇਆ ਹੋ ਅਤੇ ਫਿਰ ਮੈਨੂੰ ਲੱਗਦਾ ਕਿ ਮੈਂ ਹੁਣ ਮੈਂ ਸਿਲੈਕਟ ਕਰ ਲਿਆ ਮੈਂ ਇਹਨਾਂ ਨਾਲ ਡੀਲ ਕਰ ਲਵਾਂ ਕਿ ਮੈਂ ਕੀ ਕਰਨਾ ਹੈਗਾ ਮੈਂ ਕਿਹੜਾ ਸੋਫਾ ਲੈਣਾ ਅਤੇ ਤੁਸੀਂ ਮਾੜਾ ਠੂੜ ਲਾ ਕੇ ਆਓ ਇੱਕ ਕੁਐਸਚਨ ਜਿਹੜਾ ਲਾਸਟ ਦੇ ਉੱਤੇ ਮੇਰੇ ਦਿਮਾਗ 'ਚ ਵੀ ਹੈ ਸ਼ਾਇਦ ਤੁਹਾਡੇ ਦਿਮਾਗ 'ਚ ਵਿੱਚ ਵੀ ਹੋਣਾ ਆ ਕਿ ਲਾਸਟ ਦੇ ਉੱਤੇ ਜਦੋਂ ਕੋਈ ਬੰਦਾ ਘਰ ਬਣਾਉਂਦਾ ਆ ਮੈਨੂੰ ਪਤਾ ਹੈ ਕਿ ਬਜਟ ਥੋੜ੍ਹਾ ਜਿਹਾ ਹਿੱਲ ਜਾਂਦਾ ਆ ਕਿਉਂਕਿ ਉਹਨਾਂ ਨੇ ਪਹਿਲਾਂ ਹੀ ਸਾਰੇ ਵੱਡੇ ਵੱਡੇ ਖਰਚੇ ਕਰ ਦਿੱਤੇ ਹੁੰਦੇ ਆ ਪਰ ਜੇ ਫਰਨੀਚਰ ਰੱਖ ਕੇ ਉਹਦੀ ਸ਼ਾਨ ਜਿਹੜੀ ਹੈਗੀ ਆ ਘਰ ਦੀ ਉਹ ਬਣਦੀ ਆ ਜ਼ਰੂਰ ਬਣਦੀ ਆ ਪਰ ਕਈ ਵਾਰੀ ਹੁੰਦਾ ਕਿ ਬਜਟ ਨਹੀਂ ਹੈਗਾ ਫਰਨੀਚਰ ਮਹਿੰਗਾ ਆ ਕਿਉਂਕਿ ਤੁਹਾਨੂੰ ਪਸੰਦ ਹੀ ਮਹਿੰਗਾ ਆਇਆ ਆ ਜ਼ਰੂਰੀ ਨਹੀਂ ਹੈਗਾ ਕਿ ਫਰਨੀਚਰ ਦੀ ਪ੍ਰਾਈਜ਼ ਜ਼ਿਆਦਾ ਹੈਗਾ ਪਸੰਦ ਹੀ ਜ਼ਿਆਦਾ ਆਇਆ ਸੋ ਸੂਰੀ ਸਾਹਿਬ ਤੁਹਾਡੇ ਕੋਲ ਕੋਈ ਫਾਈਨੈਂਸ਼ੀਅਲ ਟਿਪ ਜਾਂ ਜਦੋਂ ਕੋਈ ਆਉਂਦਾ ਆ ਉਹ ਨਹੀਂ ਅਫੋਰਡ ਕਰ ਸਕਦੇ ਇੰਨਾ ਪਰ ਉਹਨਾਂ ਨੂੰ ਚਾਹੀਦਾ ਉਹਨਾਂ ਦੇ ਘਰ ਦੀ ਸ਼ਾਨ ਵਧਾਉਣ ਵਾਸਤੇ ਵਧੀਆ ਵਾਲਾ ਫਰਨੀਚਰ ਜਿਵੇਂ ਤੁਸੀਂ ਇਟਾਲੀਅਨ ਸੋਫੇ ਦੀ ਗੱਲ ਕੀਤੀ ਸੀ ਅਤੇ ਉਹਨਾਂ ਦੇ ਸੁਪਨੇ ਹੁੰਦੇ ਆ ਲੋਕਾਂ ਦੇ ਕਿ ਉਹਨਾਂ ਨੇ ਵਧੀਆ ਫਰਨੀਚਰ ਲੈਣਾ ਪਰ ਫਾਈਨੈਂਸ਼ੀਅਲੀ ਉਹ ਕਿਤੇ ਨਾ ਕਿਤੇ ਕਹਿ ਦਿੰਦੇ ਆ ਕਿ ਨਹੀਂ ਤਾਂ ਉਹਨਾਂ ਵਾਸਤੇ ਵੀ ਕੋਈ ਤੁਹਾਡੇ ਕੋਲ ਪਲਾਨ ਹੈਗਾ ਜਾਂ ਤੁਸੀਂ ਉਹਨਾਂ ਨੂੰ ਕਿੱਦਾਂ ਤੁਸੀਂ ਉਹਨਾਂ ਨਾਲ ਡੀਲ ਕਰਦੇ ਆ ਇਸ ਗੱਲ ਨੂੰ ਦੱਸਣ ਲੱਗਿਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਬਹੁਤ ਸਾਰੇ ਜਿਹੜੇ ਕਸਟਮਰ ਉਹ ਆ ਕੇ ਸੱਚ ਬੋਲ ਦਿੰਦੇ ਆ ਵੀ ਭਾਅ ਜੀ ਘਰ 'ਤੇ ਪੈਸਾ ਬਹੁਤ ਲੱਗ ਗਿਆ ਜੇਬਾਂ ਖਾਲੀ ਹੋ ਗਈਆਂ ਹੁਣ ਸਾਨੂੰ ਦੱਸੋ ਤੁਸੀਂ ਸਾਡਾ ਘਰ ਕਿਵੇਂ ਭਰੋਗੇ ਫਿਰ ਉਹਨਾਂ ਵਾਸਤੇ ਦੱਸੀਦਾ ਵੀ ਆਪਣੇ ਕੋਲ 6 ਮੰਥ ਅਤੇ 1 ਈਅਰ ਦਾ ਪਲਾਨ ਹੈਗਾ ਨੋ ਇੰਟਰਸਟ ਅਤੇ ਨੋ ਪੇਮੈਂਟ ਭਾਵੇਂ 1 ਸਾਲ ਤੁਸੀਂ ਸਾਡਾ ਸਮਾਨ ਵਰਤੋ ਪੈਸੇ ਜਿਹੜੇ 1 ਸਾਲ ਬਾਅਦ ਦੇਣੇ ਆ ਉਹਦੇ ਵਿੱਚ ਨੋ ਇੰਟਰਸਟ ਅਤੇ ਨੋ ਪੇਮੈਂਟ 1 ਸਾਲ ਦੀ ਨੋ ਫੀਸ ਅਤੇ ਉਹ ਤੁਸੀਂ ਆਪਣੇ ਮਨਪਸੰਦ ਦਾ ਸਮਾਨ ਆਪਣੇ ਮਨਪਸੰਦ ਦਾ ਤੁਸੀਂ ਆਪਣਾ ਘਰ ਨੂੰ ਸਜਾ ਸਕਦੇ ਹੋ ਸਾਡੇ ਕੋਲ ਆਓ ਡਾਇਰੈਕਟ ਆਓ ਡਾਇਰੈਕਟ ਡੀਲ ਲੈ ਕੇ ਜਾਓ ਡਾਇਰੈਕਟ ਫਰਨੀਚਰ 'ਤੇ ਡਾਇਰੈਕਟ ਆਓ ਡਾਇਰੈਕਟ ਡੀਲ ਲੈ ਕੇ ਜਾਓ ਥੈਂਕ ਯੂ ਸੋ ਮੱਚ ਇਹ ਗੱਲ ਦੱਸਣ ਵਾਸਤੇ ਸੋ ਇਹ ਗੱਲ ਮੈਨੂੰ ਲੱਗਦਾ ਤੁਹਾਨੂੰ ਵੀ ਵਧੀਆ ਲੱਗੀ ਹੋਣੀ ਹੈ ਕਿ ਸਭ ਕੁਛ ਇੱਕ ਥਾਂ 'ਤੇ ਮਿਲਣਾ